ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਲੋਕ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੈ ਉਹਨਾਂ ਨੂੰ ਮੈਂ ਵੈਲਕਮ ਕਹਿੰਦਾ। ਇੱਥੇ ਤੁਸੀਂ ਆਏ ਹੋ ਇਮੀਗ੍ਰੇਸ਼ਨ ਦੇ ਪ੍ਰੇਮੀ ਜਾਂ ਕੋਈ ਇਮੀਗ੍ਰੇਸ਼ਨ ਦੀ ਜਿਗਿਆਸਾ ਲੈ ਕੇ ਜਾਂ ਆਪਣੀ ਕੋਈ ਇਨਫੋਰਮੇਸ਼ਨ ਤੁਹਾਡੇ ਉਹ ਡਿਸਕਸ ਕਰਨ ਲਾਏ ਹੋ ਆਲ ਓਵਰ ਕੈਨੇਡਾ ਜਾਂ ਆਲ ਓਵਰ ਅਮੈਰੀਕਾ ਜਾਂ ਇੰਡੀਆ ਦੁਬਈ ਜਿੱਥੇ ਮਰਜ਼ੀ ਇਮੀਗ੍ਰੇਸ਼ਨ ਲੋਇਰ ਬੈਠੇ ਹੋਏ ਹੈ ਜਾਂ ਕੋਈ ਏਜੰਟ ਬੈਠੇ ਹੋਏ ਹੈ ਜਿਹੜੇ ਜੋਬ ਜੂਬ ਦਾ ਕੰਮ ਕਰਦੇ ਹੈ ਜਿਹੜੇ ਹੋਰ ਕੋਈ ਫਾਰਮ ਵਾਲਾ ਭਰਦੇ ਹੈ ਸਾਰੇ ਜਿਹੜੇ ਮੇਰੇ ਪ੍ਰੋਗਰਾਮ ਨੂੰ ਸੁਣਦੇ ਹੈ ਉਹਨਾਂ ਨੂੰ ਮੈਂ ਵੈਲਕਮ ਕਰਦਾ। ਜ਼ਰੂਰ ਦੋਸਤੋ ਤੁਸੀਂ ਕੋਈ ਆਪਣੀ ਕੋਈ ਇਸ਼ੂ ਕੋਈ ਡਿਸਕਸ ਕਰਨਾ ਹੈ ਤਾਂ ਕਰ ਸਕਦੇ ਹੋ। ਨੰਬਰ ਤੁਹਾਨੂੰ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਦੇਣਾ, ਨੰਬਰ ਅੱਜ ਚੇਂਜ ਹੋਇਆ, ਪਹਿਲੇ ਹਫ਼ਤੇ ਤੋਂ ਨੰਬਰ ਅੱਜ ਉਹ ਸੇਮ ਨਹੀਂ ਹੈ। ਨੰਬਰ ਹੈ 7806521295। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਐਡਮਿੰਟਨ ਸ਼ਹਿਰ ਦੇਸ਼ ਪੰਜਾਬ ਰੇਡੀਓ ਸਟੂਡੀਓ ਕਾਲ ਕਰ ਸਕਦੇ ਹੋ। ਸਾਹਮਣੇ ਮੇਰੇ ਸੰਗਾ ਸਾਹਿਬ ਬੈਠੇ ਹੈ ਜਿਹੜੇ ਸੰਚਾਲਨ ਕਰਨਾ ਹੈ ਰੇਡੀਓ ਦਾ, ਅਤੇ ਅੱਜ ਆਪਾਂ ਡਿਸਕਸ਼ਨ ਕਰਨਾ ਹੈ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ। ਮੈਨੂੰ ਪਤਾ ਹੈ ਕਿ ਆਪਾਂ ਇਹ ਹਫ਼ਤਾਵਾਰ ਪ੍ਰੋਗਰਾਮ ਕਰਦੇ ਹਾਂ ਅਤੇ ਜਦ ਘੰਟਾ ਕੰਪਲੀਟ ਹੁੰਦਾ ਹੈ, ਜਦ 9 ਵਜਣ ਲੱਗਦੇ ਹੈ, ਫਿਰ ਲੋਕ ਕਾਲ ਕਰਨਾ ਸ਼ੁਰੂ ਕਰਦੇ ਹੈ ਤੜਾਤੜ। ਸੋ ਬੈਟਰ ਹੈ ਕਿ ਮੇਰੇ ਖਿਆਲ ਇਸ ਵਕਤ ਤੁਸੀਂ ਪਹਿਲੇ ਹਫ਼ਤੇ ਵਿੱਚ ਕਾਲ ਕਰਨਾ ਸ਼ੁਰੂ ਕਰੋ, ਜਿਸ ਕਰਕੇ ਤੁਹਾਡੀ ਵਾਰੀ ਆ ਜਾਏਗੀ। ਪਿਛਲੀ ਵਾਰ ਮੇਰੇ ਖਿਆਲ ਹੈ ਕਿ ਕਾਫ਼ੀ ਲੋਕ ਜਦ 2-3 ਮਿੰਟ ਰਹਿ ਗਏ ਤਾਂ ਕਾਲ ਕਰ ਰਹੇ ਸੀ, ਐਂਡ ਆਈ ਕੁਡ ਨਾਟ ਟੇਕ ਦ ਕਾਲ। ਸੋ ਉਹ ਜ਼ਰੂਰ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ। ਅੱਜ ਮੈਂ ਜਿਹੜੀ ਖਾਸ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਸੰਗਾ ਸਾਹਿਬ ਗੱਲ ਕਰਨੀ ਸੀ, ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਅਨਾਊਂਸਮੈਂਟ ਕੀਤਾ ਹੈ ਰੀਸੈਂਟਲੀ ਕਿ ਫੋਰਨ ਵਰਕਰਸ ਜਿੰਨੇ ਵੀ ਹੈ ਇੱਥੇ ਕੈਨੇਡਾ ਰਹਿ ਰਹੇ ਹੈ, ਜਿਹੜੇ ਆਲਰੇਡੀ LMIL ਤੇ ਆਏ ਹੋਏ ਹੈ, ਅਗਰ ਉਹਨਾਂ ਨੇ ਕੋਈ ਫੀਸ ਵਾਲਾ ਦਿੱਤੀ ਹੋਈ ਹੈ, ਕੋਈ ਜਿਹੜੇ ਬ੍ਰੋਕਰ ਵਾਲਾ ਨਾ ਫੀਸ ਵਾਲਾ ਕਈ ਵਾਰ ਉਹ ਚਾਰਜ ਕਰਦੇ ਹੈ, ਅਗਰ ਫੀਸ ਵਗੈਰਾ ਕੋਈ ਦਿੱਤੀ ਹੋਈ ਹੈ ਤੇ ਨਾਲ ਤੁਹਾਡੇ ਅਗੇਂਸਟ ਕੋਈ ਅਬਿਊਸ ਹੋ ਰਿਹਾ, ਕੋਈ ਫਾਈਨੈਂਸ਼ੀਅਲ ਅਬਿਊਸ ਜਾਂ ਹੋਰ ਤਰ੍ਹਾਂ ਦਾ ਅਬਿਊਸ ਹੋ ਰਿਹਾ, ਤੁਸੀਂ ਉਹਨੂੰ ਘਬਰਾਉਣ ਦੀ ਲੋੜ ਨਹੀਂ, ਆ ਕੇ ਤੁਸੀਂ ਕੰਪਲੇਨ ਕਰ ਸਕਦੇ ਹੋ। ਕੰਪਲੇਨ ਕਰੋਗੇ ਸਰਕਾਰ ਨੂੰ, ਸਰਕਾਰ ਉਸ ਇੰਪਲੋਇਰ ਦੇ ਖਿਲਾਫ ਐਕਸ਼ਨ ਲਏਗੀ, ਅਤੇ ਜਿਹੜਾ ਜੋ ਤੁਸੀਂ ਸਟੱਕ ਹੋ ਉਸ ਵਰਕ ਪਰਮਿਟ ਦੇ, ਤੁਹਾਨੂੰ ਉਹ ਤੋਂ ਬਾਹਰ ਕੱਢਣ ਲਈ ਤੁਹਾਨੂੰ ਓਪਨ ਵਰਕ ਪਰਮਿਟ ਦੇਗੀ, ਅਤੇ ਉਸ ਓਪਨ ਵਰਕ ਪਰਮਿਟ ਲੈ ਕੇ ਤੁਸੀਂ ਕਿਸੇ ਦੂਸਰੇ ਇੰਪਲੋਇਰ ਨੂੰ ਜਾ ਕੇ ਟ੍ਰਾਂਜੀਸ਼ਨ ਕਰ ਸਕਦੇ ਹੋ। ਇਹ ਬਹੁਤ ਹੀ ਮਹੱਤਵਪੂਰਨ ਜਿਹੜਾ ਡਿਵਲਪਮੈਂਟ ਇਹਨਾਂ ਨੇ ਅਨਾਊਂਸ ਕੀਤਾ, ਆਈ ਥਿੰਕ ਔਨ June 4 ਤਰੀਕ ਨੂੰ, ਇਸੇ 3-4 ਦਿਨ ਪਹਿਲਾਂ। ਸੋ ਕਾਫ਼ੀ ਲੋਕਾਂ ਦੇ ਮੈਨੂੰ ਕਾਲ ਆਏ ਕਿ ਸ਼ਾਇਦ ਦੁਨੀਆਂ ਨੂੰ ਪਤਾ ਹੈ ਕਿ ਜੋਬਾਂ ਲੈਣ ਲਈ ਕੋਈ 15 ਲੱਖ, ਕੋਈ 20 ਲੱਖ, ਕੋਈ 10 ਲੱਖ ਇਸ ਤਰ੍ਹਾਂ ਦੀ ਰਕਮ ਮੰਗਦੇ ਹੈ, ਅਤੇ ਅਗਰ ਉਹਦੇ ਬਾਅਦ ਵੀ ਫਿਰ ਕਈ ਵਾਰ ਇੱਦਾਂ ਇਸ ਤਰ੍ਹਾਂ ਸੁਣਨ 'ਚ ਆਇਆ ਕਿ ਜੋਬ ਤੇ ਇੱਕ ਵਾਰ ਲੱਗ ਗਈ ਲੇਕਿਨ ਤਨਖਾਹ ਤੁਹਾਨੂੰ ਪੂਰੀ ਨਹੀਂ ਦੇ ਰਹੇ। ਦੇਖੋ ਗੱਲ ਇੱਦਾਂ ਆ ਅਮਰਜੋਤ ਜੀ, ਜਿੱਥੋਂ ਤੁਸੀਂ ਸ਼ੁਰੂ ਕੀਤੀ ਹੈ ਗੱਲ, ਮੈਂ ਉਸ ਤੇ ਆਉਣਾ। ਜਦੋਂ ਤੁਸੀਂ ਉਹਦਾ ਫਾਊਂਡੇਸ਼ਨ ਹੀ ਗਲਤ ਬਣ ਰਿਹਾ ਹੈ, ਜਿਹੜਾ ਕੋਈ ਵਿਅਕਤੀ ਤੁਸੀਂ ਕਿਹਾ ਨਾ ਵੀ ਪੈਸੇ ਦੇ ਕੇ ਕਿਸੇ ਨੂੰ 15 ਲੱਖ 20 ਲੱਖ ਡਾਲਰ ਦੇ ਰੁਪਈਆ ਦੇ ਕੇ ਉਹ ਇਹ ਜੋਬ ਲੈਂਦਾ, ਇਹ ਤਾਂ ਪਹਿਲਾਂ ਹੀ ਗਲਤੀ ਹੋ ਗਈ ਜੀ। ਗਲਤੀ ਤੇ ਹੈ ਸਾਰੀ, ਲੇਕਿਨ ਇਹਦੇ ਜਿਹੜਾ ਬੰਦਾ ਦੇ ਰਿਹਾ ਪੈਸੇ ਉਹਦੀ ਗਲਤੀ ਆ। ਦੈਟਸ ਰਾਈਟ, ਦੈਟ ਮੀਨਸ ਵੀ ਉਹਦੇ ਜੀ ਕੋਈ ਨਾ ਕੋਈ ਖਾਮੀ ਆ, ਉਹਦੀ ਅਬਿਲਿਟੀ ਨਹੀਂ ਹੈ ਉਦਾਂ ਆਉਣ ਦੀ, ਸੋ ਦੇ ਆਰ ਟ੍ਰਾਈਂਗ ਟੂ ਬਾਈ ਇਟ ਆਊਟ। ਯਾ ਗੱਲ ਇਸ ਤਰ੍ਹਾਂ ਹੋਈ ਹੈ ਤੇ ਹੁੰਦੀ ਵੀ ਹੈ ਇਸ ਤਰ੍ਹਾਂ, ਦੇਣ ਵਾਲਾ ਵੀ ਗਲਤ ਆ ਤੇ ਜਿਹੜਾ ਲੈ ਰਿਹਾ ਉਹ ਵੀ ਗਲਤ ਆ, ਕਿਉਂਕਿ ਜਿਹੜਾ ਆਲਰੇਡੀ ਬੰਦਾ ਸਟਰਗਲ ਕਰ ਰਿਹਾ ਨਾ, ਜਿਹੜਾ ਦੁਬਈ ਬੈਠਾ ਹੈ, ਕੋਈ ਜਿਹਦੇ ਕੋਲ ਕੋਈ ਪੁਆਇੰਟਸ ਨਹੀਂ ਬਣ ਰਹੇ ਜਾਂ ਜਿਹਨੂੰ ਜ਼ਰੂਰਤ ਪੈਣ, ਉਹ ਇੱਕ ਮਜਬੂਰੀ ਕਰਕੇ ਉਹਨਾਂ ਨੂੰ ਪਤਾ ਹੈ ਕਿ ਵੀ ਕਿਸੇ ਵੀ ਇੰਪਲੋਇਰ ਨੇ। ਦੇਖੋ ਮੈਂ ਇਸ ਗੱਲ ਨਾਲ, ਮੈਨੂੰ ਪਤਾ ਦੁਨੀਆ, ਦੇਖੋ ਸਾਰੀ ਦੁਨੀਆ ਉੱਥੇ ਹੁਣ ਜੇ ਮਤਲਬ ਉਹ ਜਿਵੇਂ ਕਿਸੇ ਇੱਕ ਦਿਨ ਕਿਸੇ ਬੰਦੇ ਨੇ ਗੱਲ ਕੀਤੀ ਸੀ, ਉਹ ਕਹਿੰਦਾ ਵੀ ਅੱਜ ਜੇ ਬਾਹਰਲਿਆਂ ਦੇਸ਼ਾਂ ਦੇ ਦਰਵਾਜ਼ੇ ਖੁੱਲ ਜਾਣ ਤਾਂ ਉਹ ਭਾਰਤ ਤਾਂ ਸਾਰੇ ਛੱਡਣ ਨੂੰ ਤਿਆਰ ਬੈਠੇ। ਡਜ਼ਨਟ ਮੈਟਰ ਵੀ ਕਿਸੇ ਕੋਲ ਪੈਸਾ ਹੈ ਜਾਂ ਨਹੀਂ ਹੈ, ਐਵਰੀਬਾਡੀ ਇਜ਼ ਰੈਡੀ ਟੂ ਕਮ। ਦੈਟਸ ਰਾਈਟ, ਦੈਟਸ ਰਾਈਟ। ਅੱਛਾ ਹੁਣ ਗੱਲ ਇਹ ਆ ਜੀ ਵੀ ਦੇਖੋ, ਚਲੋ ਬਾਹਰਲਿਆਂ ਦੇਸ਼ਾਂ ਨੇ ਆਪਣੇ ਕਾਇਦੇ ਕਾਨੂੰਨ ਬਣਾ ਲਿਆ ਵੀ ਭਾਈ ਆ ਐਸ ਐਸ ਤਰ੍ਹਾਂ ਹੋਣਾ ਚਾਹੀਦਾ, ਗੱਲ ਆ ਵੀ ਉਹ ਜਿੱਥੋਂ ਸ਼ੁਰੂਆਤ ਕਰਦੇ ਆ ਨਾ ਉਹੋ ਹੀ ਕਹਾਣੀ ਗਲਤ ਆ, ਵੀ ਅਸੀਂ ਛੇਤੀ ਚਲੇ ਜਾਈਏ, ਸਾਨੂੰ ਜਿਹੜੀਆਂ ਰਿਕੁਆਇਰਮੈਂਟ ਕੈਨੇਡੀਅਨ ਸਰਕਾਰ ਦੀਆਂ ਹੈਗੀਆਂ ਉਹ ਪੂਰੀਆਂ ਨਾ ਕਰਨੀਆਂ ਪੈਣ, ਅਸੀਂ ਇਸ ਤਰ੍ਹਾਂ ਕਿਸੇ ਨੂੰ ਪੈਸੇ ਦੇ ਕੇ ਕਿਸੇ ਤੋਂ LMI ਲੈ ਲਓ, LMO ਲੈ ਲਓ, ਉਹ ਜਿਹੜੀ ਪ੍ਰੋਬਲਮ ਹੈ ਉਹ ਖੁਦ ਸਹੇੜਦੇ ਆ। ਅੱਛਾ ਬਾਅਦ ਪਹਿਲਾਂ ਉਹਨਾਂ ਨੇ ਹਰੇਕ ਗੱਲ ਲਈ ਐਗਰੀ ਕਰ ਜਾਣਾ, ਔਰ ਬਾਅਦ ਚ ਜਦੋਂ ਆ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਇਹ ਤਾਂ ਕੰਮ ਔਖਾ, ਜਾਂ ਸਾਨੂੰ ਇੱਥੇ ਇਸ ਤਰ੍ਹਾਂ ਅਸੀਂ ਇਹਨਾਂ ਦਾ ਦਬੋਚ ਸਕਦੇ ਬੰਦਿਆਂ ਨੂੰ, ਫਿਰ ਉਹ ਉਸ ਗੱਲ ਤੇ ਉਤਰ ਆਉਂਦੇ ਨੇ।
ਵੀ ਹਾਂ ਜੀ ਇਹਨਾਂ ਬੰਦਿਆਂ ਨੇ ਸਾਡੇ ਤੋਂ ਇੰਨੇ ਲੱਖ ਰੁਪਈਆ ਲਿਆ, ਅਸੀਂ ਆਹ ਕੀਤਾ, ਸਾਨੂੰ ਆਹ ਹੋ ਰਿਹਾ। ਮਤਲਬ ਗੱਲ ਹੈ ਇਹ ਦੋਨਾਂ ਧਿਰਾਂ ਨੂੰ ਸੋਚਣਾ ਚਾਹੀਦਾ ਪਹਿਲਾਂ ਹੀ, ਇਹਦਾ ਐਂਡ ਰਿਜ਼ਲਟ ਆਹ ਹੀ ਹੋਣਾ ਅਖੀਰ ਚ। ਫੇਰ ਉਹ ਮਤਲਬ ਭਾਈਚਾਰੇ ਦੀ ਸਾਰੇ ਦੀ ਬਦਨਾਮੀ ਹੁੰਦੀ ਆ ਉਸ ਗੱਲ। ਦੇਖੋ ਇਸ ਤਰ੍ਹਾਂ ਹੈ ਕਿ ਜੋ ਪੈਸੇ ਦੇ ਚੁੱਕਿਆ ਨਾ ਉਹ ਤੇ ਆਲਰੇਡੀ ਦੇ ਚੁੱਕਿਆ, ਹੀ ਕੈ ਨਾਟ ਰਿਕਵਰ ਇਟ ਬੈਕ। ਪੈਸੇ ਦੇਣ ਦੇ ਬਾਅਦ ਵੀ ਮੈਂ ਜਸਟੀਫਾਈ ਨਹੀਂ ਕਰ ਰਿਹਾ, ਐਕਚੁਲੀ ਲੋਕਾਂ ਨੂੰ ਪਤਾ ਹੈ ਮੇਰਾ ਐਟੀਟਿਊਡ ਦਾ, ਕਿ ਮੈਂ ਤੇ ਕਈਆਂ ਨੂੰ ਕਿਹਾ ਹੈ ਕਿ ਤੁਸੀਂ ਨਾ ਦਿਓ ਤੇ ਕੰਪਲੇਨ ਕਰੋ ਅਗਰ ਜੇ ਇਸ ਤਰ੍ਹਾਂ ਦੀ ਤੁਹਾਡੇ ਕੋਲ ਕੋਈ ਸਬੂਤ ਵਾਲਾ ਹੈ। ਲੇਕਿਨ ਸੁਣਨ 'ਚ ਇਸ ਤਰ੍ਹਾਂ ਵੀ ਆਇਆ ਕਿ ਤੁਹਾਨੂੰ ਜੋ ਤਨਖਾਹ ਦੇ ਰਹੇ ਹਾਂ, ਜੋ ਤਨਖਾਹ ਸ਼ੋਅ ਕੀਤੀ ਹੈ ਉਹ ਤਨਖਾਹ ਤੁਹਾਨੂੰ ਦਿੱਤੀ ਨਹੀਂ ਜਾਂਦੀ। ਜਾਂ ਇੱਕ ਹੋਰ ਵੀ ਦੂਸਰਾ ਤਰੀਕਾ ਜਿਹੜੇ ਜਿਹੜੇ ਲੋਕ ਇਸ ਤਰ੍ਹਾਂ ਉਹਨਾਂ ਨੇ ਰਿਪੋਰਟਿੰਗ ਕੀਤੀ ਹੈ ਕਿ ਵੀ ਤੁਸੀਂ ਆਹ ਚੈੱਕ ਤੁਹਾਨੂੰ ਦਿੱਤਾ ਵੀ ਕੈਸ਼ ਕਰਾ ਕੇ ਮੁੜ ਕੇ ਪੈਸੇ ਸਾਨੂੰ ਵਾਪਸ ਦੇ ਜਾਓ। ਮਤਲਬ ਕਾਗਜ਼ਾਂ 'ਤੇ ਪੂਰਾ ਚੱਲ ਰਿਹਾ ਹੈ ਲੇਕਿਨ ਅੰਦਰ ਅੰਦਰ ਖਾਤੇ ਉਹਨਾਂ ਦਾ ਪੈਸਾ ਤਨਖਾਹ ਮਿਲ ਨਹੀਂ ਰਹੀ। ਕਿਸੇ ਵੀ ਤਰੀਕੇ ਨਾਲ ਕੋਈ ਅਬਿਊਜ਼ ਹੋ ਰਿਹਾ ਹੈ, ਦਿਸ ਇਜ਼ ਕਾਲਡ ਫਾਈਨੈਂਸ਼ੀਅਲ ਅਬਿਊਜ਼। ਚਾਰ ਤਰੀਕੇ ਨਾਲ ਅਬਿਊਜ਼ ਦੀ ਉਹਨਾਂ ਨੇ ਡੈਫੀਨੇਸ਼ਨ ਕੀਤੀ ਹੈ ਕਿ ਅਗਰ ਕੋਈ ਵਰਕਰ ਜੋ ਇੰਪਲੋਇਰ ਹੇਠਾਂ LMIA ਬੇਸਡ ਵਰਕ ਪਰਮਿਟ 'ਤੇ ਆਇਆ ਹੋਇਆ, ਜਿਹੜਾ ਇੰਪਲੋਇਰ ਜਿਹਦੇ ਵਿੱਚ ਨਾਮ ਲਿਖਿਆ, ਇੰਪਲੋਇਰ ਉਹਨੂੰ ਕੰਟਰੋਲ ਕਰ ਰਿਹਾ, ਫਿਜ਼ੀਕਲ ਅਬਿਊਜ਼, ਸੈਕਸੁਅਲ ਅਬਿਊਜ਼, ਸਾਈਕੋਲੋਜੀਕਲ ਅਬਿਊਜ਼ ਅਤੇ ਫਾਈਨੈਂਸ਼ੀਅਲ ਅਬਿਊਜ਼, ਅਗਰ ਜੇ ਤੁਹਾਡੇ ਨਾਲ ਕੋਈ ਅਬਿਊਜ਼ ਹੋ ਰਿਹਾ ਹੈ ਦੈਨ ਯੂ ਆਰ ਸਟੱਕ। ਤੁਸੀਂ ਕਿਉਂਕਿ ਡਿਪੈਂਡੈਂਟ ਹੋ ਉਸ ਵਰਕ ਪਰਮਿਟ 'ਤੇ, ਉਸ ਇੰਪਲੋਇਰ 'ਤੇ, ਉਹਦੇ ਵਿੱਚ ਤੁਸੀਂ ਅਗਰ ਕੁਛ ਕਰ ਨਹੀਂ ਸਕਦੇ, ਡੈਟ ਮੀਨਸ ਯੂ ਨੋ ਇਫ ਯੂ ਲੂਜ਼ ਦੇ ਵਰਕ ਪਰਮਿਟ ਦੈਨ ਯੂ ਆਰ ਆਊਟ ਆਫ ਸਟੇਟਸ, ਤੁਹਾਨੂੰ ਛੱਡਣਾ ਪਏਗਾ। ਸਰਕਾਰ ਦਾ ਇਹ ਕਹਿਣਾ ਹੈ ਕਿ ਵੀ ਤੁਸੀਂ ਅਗਰ ਸਾਹਮਣੇ ਆ ਕੇ ਕੰਪਲੇਨ ਕਰੋਗੇ, ਸਬੂਤ ਦਿਓਗੇ ਐਂਡ ਵੀ ਆਰ ਸੈਟਿਸਫਾਈਡ ਕਿ ਅਬਿਊਜ਼ ਹੋ ਰਿਹਾ ਹੈ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਤੁਹਾਨੂੰ ਓਪਨ ਵਰਕ ਪਰਮਿਟ ਦੇਣ ਨੂੰ ਤਿਆਰ ਹੈ ਵਿਦਆਊਟ ਐਨੀ ਖਰਚਾ, ਵਿਦਆਊਟ ਐਨੀ ਫੀਸ ਫੋਰ ਅਪ ਟੂ 1 ਈਅਰ। ਅਤੇ ਇਹ ਹੋਏਗਾ ਵੀ ਬੜਾ ਫਾਸਟ ਐਕਸ਼ਨ 'ਤੇ ਹੋਏਗਾ, ਵਿਦਇਨ 1 ਵੀਕ ਉਹ ਤੁਹਾਨੂੰ ਦੇਣਗੇ। ਅੱਜ ਤੁਸੀਂ ਕੰਪਲੇਨ ਕਰੋ, ਅੱਜ ਐਪਲੀਕੇਸ਼ਨ ਭਰੋ, ਸੋ ਵਿਦਇਨ 5 ਬਿਜ਼ਨਸ ਡੇਜ਼ ਤੁਹਾਨੂੰ ਦੂਸਰਾ ਵਰਕ ਪਰਮਿਟ ਦੇਣਗੇ। ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਆਪਣੀ ਕਾਰਵਾਈ ਕਰਾਂਗੇ, ਅਸੀਂ ਆਪਣੀ ਇਨਵੈਸਟੀਗੇਸ਼ਨ ਕਰਾਂਗੇ। ਮੀਨਵਾਇਲ ਤੁਹਾਡਾ ਸਟੇਟਸ ਇੱਥੇ ਲੀਗਲ ਰਹੇਗਾ ਐਂਡ ਯੂ ਕੈਨ ਟੇਕ 1 ਈਅਰ ਓਪਨ ਵਰਕ ਪਰਮਿਟ, ਜਿਸ ਕਰਕੇ ਤੁਹਾਨੂੰ ਕੋਈ ਹੋਰ ਕੋਈ ਰੈਗੂਲਰ ਇੰਪਲੋਇਰ ਵਿੱਚ ਜਾਣ ਦਾ ਟਾਈਮ ਮਿਲ ਜਾਏ। ਸੋ ਇੱਕ ਬਹੁਤ ਵੱਡਾ ਇੱਕ ਅਨਾਊਂਸਮੈਂਟ ਹੈ, ਬਹੁਤ ਵੱਡਾ ਇੱਕ ਹੈਲਪ ਹੈ ਜਿਹੜੇ ਟੈਂਪਰੇਰੀ ਫੋਰਨ ਵਰਕਰ ਜਿਹੜੇ ਆਲਰੇਡੀ ਵਿਕਟਿਮਸ ਨੇ ਕਿਸੇ ਇਸ ਤਰ੍ਹਾਂ ਦੇ ਅਬਿਊਜ਼ 'ਤੇ। ਅਬਿਊਜ਼ ਜਿਹੜਾ ਆਪਾਂ ਤਾਂ ਫਾਈਨੈਂਸ਼ੀਅਲ ਅਬਿਊਜ਼ ਦੀ ਗੱਲ ਕੀਤੀ ਹੈ, ਫਿਜ਼ੀਕਲ ਅਬਿਊਜ਼ ਵੀ ਕਾਫੀ ਹੁੰਦਾ ਰਿਹਾ। ਫਿਜ਼ੀਕਲ ਅਬਿਊਜ਼ ਦਾ 2-3 ਇਹਨਾਂ ਨੇ ਐਗਜ਼ਾਮਪਲ ਲਿਖੇ ਹੈ। ਅਗਰ ਕੋਈ ਮਾਰਕੋਟਾਈਕ ਹੋ ਰਹੀ ਹੈ, ਕੋਈ ਫਿਜ਼ੀਕਲੀ ਤੁਹਾਡੇ ਤੋਂ ਕੋਈ ਇਲੀਗਲ ਕੋਈ ਕੰਮ ਕਰਾ ਰਿਹਾ ਹੈ, ਜਾਂ ਕਈ ਵਾਰ ਤੁਸੀਂ ਸੁਣ 'ਚ ਇਸ ਤਰ੍ਹਾਂ ਵੀ ਆਇਆ ਕਿ ਕੰਮ 'ਤੇ ਹੈ ਫੈਕਟਰੀ ਦਾ, ਕਹਿੰਦੇ ਘਰ ਆ ਕੇ ਤੁਸੀਂ ਮੇਰਾ ਉਹ ਵੈਕਿਊਮ ਵੀ ਕਰ ਜਾਓ, ਜਾਂ ਮੇਰੀ ਸਾਫ਼ ਸਫਾਈ ਕਰ ਜਾਣਾ, ਜਾਂ ਕੋਈ ਗਰਾਸ ਕਟਿੰਗ ਜਾਂ ਸਨੋ, ਇਸ ਤਰ੍ਹਾਂ ਵੀ ਕਈ ਵਾਰ ਸੁਣਿਆ ਤੁਸੀਂ। ਇਲੀਗਲ ਕੋਈ ਕੰਮ ਕਰਾ ਰਿਹਾ, ਕੋਈ ਸੈਕਸੁਅਲ ਅਬਿਊਜ਼ ਕਰ ਰਿਹਾ, ਸੈਕਸੁਅਲ ਅਬਿਊਜ਼ ਬਾਰੇ ਗੱਲ ਕਰਨ ਦੀ ਲੋੜ ਨਹੀਂ, ਸੈਕਸੁਅਲ ਅਬਿਊਜ਼ ਇਜ਼ ਵੈਰੀ ਕਲੀਅਰ। ਕੋਈ ਇਸ ਤਰ੍ਹਾਂ ਹੋ ਰਿਹਾ, ਸਾਈਕੋਲੋਜੀਕਲ ਅਬਿਊਜ਼ ਹੋ ਰਿਹਾ, ਕੋਈ ਤੁਹਾਨੂੰ ਡਿਸਰਿਸਪੈਕਟਿੰਗ ਹੋ ਰਹੀ ਹੈ, ਕੋਈ ਤੁਹਾਡੇ ਬਿਹੇਵੀਅਰ ਨੂੰ ਕੋਈ ਕੰਟਰੋਲ ਕਰ ਰਿਹਾ, ਜਾਂ ਕੋਈ ਹੋਰ ਕੋਈ ਕੋਈ ਗਲਤ ਗੱਲਾਂ ਕਰਕੇ ਤੁਹਾਨੂੰ ਮਤਲਬ ਉਹ ਜਾ ਕੇ ਸਾਈਕੋਲੋਜੀਕਲ ਪ੍ਰੈਸ਼ਰ ਪਾ ਰਹੇ ਤੁਹਾਡੇ 'ਤੇ, ਕਿਸੇ ਤਰ੍ਹਾਂ ਤਰੀਕੇ ਦਾ ਵੀ ਅਬਿਊਜ਼ ਹੈ, ਤੁਸੀਂ ਸਾਹਮਣੇ ਆਓ। ਲਾਅ ਇਨਫੋਰਸਮੈਂਟ ਏਜੰਸੀਆਂ ਹੈ, ਜਾਂ ਸੈਟਲਮੈਂਟ ਏਜੰਸੀਆਂ ਹੈ, ਜਾਂ ਇੰਪਲੋਇਮੈਂਟ ਸਟੈਂਡਰਡ ਜਿਸ ਤਰ੍ਹਾਂ ਲੇਬਰ ਜਿਹੜੇ ਦਫ਼ਤਰ ਹੈ ਉੱਥੇ ਆ ਕੇ ਤੁਸੀਂ ਕੰਪਲੇਨ ਕਰੋ, ਕੋਈ ਸਬੂਤ ਦਿਓ, ਜਾਂ ਫੋਟੋਗ੍ਰਾਫ ਹੈ, ਜਾਂ ਕੋਈ ਐਫੀਡੇਵਿਟ ਹੈ, ਕੋਈ ਵਿਟਨੈਸ ਹੈ, ਜਾਂ ਕੋਈ ਤੁਹਾਡੇ ਨਾਲ ਕੋਈ ਹੋਇਆ ਕੋਈ ਚੀਜ਼ ਜੋ ਇੱਕ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਵੀ ਕੈਨ ਵੈਰੀਫਾਈ ਕਿ ਇਹ ਚੀਜ਼ ਹੋਈ ਹੈ। ਹਾਂ, ਸੋ ਫਿਰ ਇਹ ਤੁਸੀਂ ਓਪਨ ਵਰਕ ਪਰਮਿਟ ਲੈ ਸਕਦੇ ਹੋ। ਦਿਸ ਇਜ਼ ਅ ਬਿਗ ਆਈ ਥਿੰਕ ਚੇਂਜ ਫਰੋਮ ਦਾ ਪਾਸਟ ਮੈਨੀ ਈਅਰ ਸਿੰਸ ਆਈ ਐਮ ਸੀਇੰਗ। ਸੋ ਇਹ ਖਬਰ ਪਿਛਲੇ 3 ਦਿਨ ਪਹਿਲਾਂ ਇਹ ਅਨਾਊਂਸ ਹੋਈ ਹੈ। ਠੀਕ ਹੈ, ਨਹੀਂ ਦੇਖੋ ਅਬਿਊਜ਼ ਤਾਂ ਕਿਸੇ ਕਿਸਮ ਦੀ ਵੀ ਹੁੰਦੀ ਹੈ, ਉਹ ਮਾੜੀ ਹੈ। ਔਰ ਮੇਰਾ ਖਿਆਲ ਹੈ ਵੀ ਇਹ ਜਿਹੜੇ ਲੋਕੀ ਪਹਿਲਾਂ ਹੁਣ ਉਹ ਜਿਹੜੇ ਇੰਪਲੋਇਰ ਆ, ਉਹ ਇੰਪਲੋਇਰ ਵੀ ਇਸ ਗੱਲ ਨੂੰ ਚੁਕੰਨੇ ਹੋਣਗੇ ਵੀ ਭਾਈ ਇਹ ਕੱਲ ਨੂੰ ਗੱਲ ਸਾਡੇ ਤੇ ਆਉਣੀ ਹੈ, ਸੋ ਇਹਦੇ ਨਾਲੋਂ ਬਿਹਤਰ ਆ ਦਿਓ ਹੀ ਨਾ। ਬਿਲਕੁਲ ਬਿਲਕੁਲ, ਜਿਹਨੂੰ ਲੋੜ ਹੋਊਗੀ ਉਹ ਹੀ ਦਊਗਾ, ਅਦਰਵਾਈਜ਼ ਦੂਸਰਾ ਨਹੀਂ ਦੇਗਾ ਕਿਸੇ ਨੂੰ ਵੀ। ਜਿੰਨੇ ਵੀ ਲੋਕ ਨੇ ਜਿਸ ਤਰ੍ਹਾਂ ਹੁਣ ਇਮੀਗ੍ਰੇਸ਼ਨ ਲਾਇਰ ਹੈ, ਜਾਂ ICCRC ਕੰਸਲਟੈਂਟ ਹੈ, ਜਾਂ ਰੈਗੂਲਰ ਕੋਈ ਹੋਰ ਕੋਈ ਜਿਹੜਾ ਸੈਟਲਮੈਂਟ ਏਜੰਸੀ ਕੰਮ ਕਰ ਰਿਹਾ, ਕੋਈ ਜਿਹੜੇ ਵੀ ਲੋਕ ਇਸ ਇੰਡਸਟਰੀ ਨਾਲ ਜੁੜੇ ਹੋਏ ਹੈ, ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸਰਕਾਰ ਬੜੀ ਮੁਸਤੈਦ ਹੋ ਚੁੱਕੀ ਹੈ ਇਸ ਪਹਿਲੂ ਦੇ ਬਾਰੇ। ਇਮੀਗ੍ਰੇਸ਼ਨ ਕੰਸਲਟੈਂਟ ਦੇ ਖਿਲਾਫ਼ ਅਗਰ ਜੇ ਰਿਪੋਰਟ ਤੁਸੀਂ ਕਰਦੇ ਹੋ, ਇਮੀਜੀਏਟਲੀ ਉਹ ਮਤਲਬ ਉਹਨਾਂ ਦੇ ਐਕਸ਼ਨ ਲੈਣ ਨੂੰ ਤਿਆਰ ਹੈ, ਮਸ਼ੀਨਰੀ ਐਕਟਿਵ ਹੋ ਗਈ ਹੈ, ਵਰਕਰਸ ਦੀ ਪ੍ਰੋਟੈਕਸ਼ਨ ਲਈ ਵੀ ਉਹ ਅਨਾਊਂਸਮੈਂਟ ਹੋਈ ਜਾ ਰਹੇ, ਹਰ ਹਫ਼ਤੇ ਕੁਛ ਨਾ ਹੋ ਜਾ ਰਿਹਾ। ਸੋ ਥਿੰਗਸ ਆਰ ਚੇਂਜ ਨਾਓ।
ਜਿਹੜੇ ਪਹਿਲਾਂ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਬ੍ਰੋਕਰ ਵਾਲਾ ਜਿਹੜੇ ਫੋਰਨ ਮਤਲਬ ਕੈਨੇਡਾ ਤੋਂ ਬਾਹਰ ਜਾਂ ਕੈਨੇਡਾ ਵਿੱਚ ਵੀ ਜਿਹੜੇ ਉਹ ਪੈਸੇ ਲੈਣ ਦੇਣ ਕਰਦੇ ਸੀ, ਉਹ ਸਾਰੇ ਬਿਲਕੁਲ ਹੁਣ ਚੁੱਪ ਕਰਕੇ ਬੈਠੇ ਹੋਏ ਸਿਵੇਂ ਕਰਕੇ ਕਿ ਬਈ ਆਪਾਂ ਹੁਣ ਕੁਛ ਹਿਲਜੁਲ ਨਹੀਂ ਕਰ ਸਕਦੇ ਕਿਉਂਕਿ ਸਰਕਾਰੀ ਨਿਗਾਹ ਸਾਡੇ 'ਤੇ ਆ ਚੁੱਕੀ ਹੈ। ਸੋ ਇਸ ਕਰਕੇ ਇਹ ਹੋ ਰਿਹਾ। ਸੋ ਕਾਫੀ ਲੋਕ ਜੁੜ ਚੁੱਕੇ, ਨਵੀਦਾ ਆਫਰੀ, ਨਵੀਦਾ ਗਗਨਦੀਪ ਸਿੰਘ ਮਾਨ, ਗੁੱਡ ਜਾਬ, ਨਾਪ੍ਰੀਤ ਤਿਲਨ। ਦੋਸਤੋ ਤੁਸੀਂ ਅਗਰ ਕੋਈ ਸਵਾਲ ਪੁੱਛਣਾ ਹੈ ਨਾ, ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ ਉੱਥੇ ਨਹੀਂ ਕਾਲ ਕਰਨਾ, ਨੰਬਰ ਤੁਹਾਨੂੰ ਮੈਂ ਇੱਕ ਦੁਬਾਰਾ ਅਨਾਊਂਸ ਕਰ ਦੇਣਾ ਮੇਰਾ, ਮੈਂ ਨੋਟ ਕੀਤਾ ਨੰਬਰ, ਐਜ ਚੇਂਜ ਹੋਇਆ ਸਾਡੇ ਸਟੇਸ਼ਨ 'ਤੇ ਰੀਸੈਂਟਲੀ, ਨੰਬਰ ਨੋਟ ਕਰ ਲਓ। ਮੈਂ ਐਕਚੁਲੀ ਫਲੈਸ਼ ਵੀ ਕੀਤਾ ਹੋਇਆ ਸਕਰੀਨ 'ਤੇ ਕਿ 780-652-1295 ਇਸ ਨੰਬਰ 'ਤੇ ਨਵੀਦਾ ਆਫਰੀ ਅਗਰ ਆਪ ਵੇਟ ਕਰ ਰਹੇ ਮੇਰੀ ਕਾਲ ਦੀ, ਆਪ ਮੇਰੀ ਕਾਲ ਦੀ ਵੇਟ ਨਾ ਕਰੋ, ਯੂ ਕਾਲ ਮੀ ਔਨ ਦਿਸ ਨੰਬਰ ਇਨ ਕੈਨੇਡਾ ਇਨ ਐਡਮਿੰਟਨ, ਏਰੀਆ ਕੋਡ ਇਜ 780-652-1295। ਆਈ ਓਨਲੀ ਫਲੈਸ਼ ਇਟ ਔਨ ਦ ਸਕਰੀਨ। ਇਸ ਨੰਬਰ 'ਤੇ ਕਾਲ ਕਰਕੇ ਕੋਈ ਅਗਰ ਆਪਣਾ ਕੋਈ ਸਵਾਲ ਹੈ, ਇਮੀਗ੍ਰੇਸ਼ਨ ਦੀ ਕੋਈ ਸਮੱਸਿਆ ਹੈ ਅਤੇ ਉਹਦੇ ਬਾਰੇ ਤੁਸੀਂ ਕਾਲ ਕਰਕੇ ਮੈਨੂੰ ਪੁੱਛ ਸਕਦੇ ਹੋ। ਕਾਲ ਪਲੀਜ਼ ਕਾਲ, ਆਈ ਕੈਨੋਟ ਟਾਈਪ ਦ ਆਨਸਰ ਔਨ ਦ ਫੇਸਬੁੱਕ, ਕਾਲ ਔਨ ਦ ਸਟੇਸ਼ਨ, ਕਾਲ ਔਨ ਦ ਨੰਬਰ ਐਂਡ ਦੈਨ ਵੀ ਕੈਨ ਡਿਸਕਸ। ਇੱਕ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਜਦ ਤੁਸੀਂ ਮੈਰਿਜ ਕਰਕੇ ਕੈਨੇਡੀਅਨ ਸਿਟੀਜ਼ਨ ਜਾਂ PR ਮੈਰਿਜ ਦੇ ਬਾਅਦ ਕਿਸੇ ਨੂੰ ਸਪੋਂਸਰ ਕਰਦੇ ਹੋ, ਸਪੋਂਸਰ ਕਰਨ ਦੇ ਬਾਅਦ ਤੁਹਾਡੀ ਐਪਲੀਕੇਸ਼ਨ ਇੰਡੀਆ ਟ੍ਰਾਂਸਫਰ ਹੋਏਗੀ, ਇੰਟਰਵਿਊ ਕਰਦੇ ਹਾਂ, ਬਾਏ ਚਾਂਸ ਅਗਰ ਇੰਟਰਵਿਊ ਵਿੱਚ ਤੁਸੀਂ ਸਕਸੈਸਫੁਲ ਨਹੀਂ ਹੋ, ਰਿਫਿਊਜ਼ ਹੋ ਗਿਆ, ਫਿਰ ਤੁਸੀਂ ਅਪੀਲ 'ਤੇ ਆ ਗਏ। ਅਪੀਲ ਹੁੰਦੀ ਹੈ ਇੱਥੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ। ਜੇਕਰ ਅਪੀਲ ਤੁਹਾਡੀ ਅਗਰ ਖਤਮ ਹੋ ਗਈ, ਰਿਫਿਊਜ਼ ਹੋ ਗਈ, ਡੈਟ ਮੀਨਸ ਕਿ ਤੁਹਾਨੂੰ ਦੁਬਾਰਾ ਚਾਂਸ ਨਹੀਂ ਮਿਲਣਾ। ਅੱਜ ਮੇਰੇ ਕੋਲ ਇੱਕ ਕੇਸ ਆਇਆ, ਮੈਨੂੰ ਇਹ ਉਹਨਾਂ ਨੂੰ ਦੱਸਿਆ ਨਹੀਂ ਨਹੀਂ ਮੈਂ ਕਲੀਅਰ ਕਰ ਦਿਆਂ ਕਿ ਇੱਕ ਵਾਰ ਅਗਰ ਸਪਾਊਸ ਅਪੀਲ ਤੁਹਾਡੀ ਰਿਫਿਊਜ਼ ਹੋ ਗਈ, ਡੈਟ ਮੀਨਸ ਕਿ ਤੁਸੀਂ ਅਗਰ ਦੁਬਾਰਾ ਸਪੋਂਸਰਸ਼ਿਪ ਕਰਦੇ ਹੋ ਅਤੇ ਅਗਰ ਫਿਰ ਦੁਬਾਰਾ ਰਿਫਿਊਜ਼ ਹੋ ਗਏ, ਫਿਰ ਦੁਬਾਰਾ ਉਸੇ ਕੋਰਟ ਵਿੱਚ ਤੁਸੀਂ ਅਪੀਲ ਨਹੀਂ ਲਾ ਸਕਦੇ। ਇਹਦਾ ਮਤਲਬ ਹੁੰਦਾ ਰੈਸ ਜੂਡੀਕਾਟਾ ਕਿ ਇੱਕੋ ਹੀ ਜਿਹੜਾ ਕਚਹਿਰੀ ਹੈ, ਇੱਕ ਕੋਰਟ ਹੈ, ਉਹ ਉਸ ਕੇਸ ਨੂੰ ਦੁਬਾਰਾ ਨਹੀਂ ਸੁਣੇਗੀ ਅਨਲੈਸ ਕਿ ਸਰਕਮਸਟੈਂਸਿਸ ਹੈਵ ਚੇਂਜ। ਸੋ ਮੈਂ ਉਹਨਾਂ ਨੂੰ ਦੱਸਿਆ ਅੱਜ ਤੁਸੀਂ ਹਾਇਰ ਕੋਰਟ ਨੂੰ ਲਿਜਾ ਸਕਦੇ ਹੋ, ਤੁਸੀਂ ਫੈਡਰਲ ਕੋਰਟ ਲਿਜਾਓ ਅਗਰ ਜੇ ਤੁਹਾਡਾ ਉਸ ਤਰ੍ਹਾਂ ਦਾ ਕੋਈ ਜਸਟੀਫਿਕੇਸ਼ਨ ਹੈ ਅਤੇ ਉੱਥੇ ਤੁਸੀਂ ਜ਼ਰੂਰ ਲਿਆ ਸਕਦੇ ਹੋ, ਲੇਕਿਨ ਉਸ ਕੇਸ ਵਿੱਚ ਤੁਹਾਡਾ ਨਹੀਂ ਹੋਏਗਾ ਕਿਉਂਕਿ ਉਸ ਕਚਹਿਰੀ ਨੇ ਤੁਹਾਡਾ ਕੇਸ ਆਲਰੇਡੀ ਐਗਜ਼ਾਮਿਨ ਕਰ ਚੁੱਕੇ ਹੈ ਅਤੇ ਇਫ ਦ ਸਰਕਮਸਟੈਂਸਿਸ ਹੈਵ ਨੋਟ ਚੇਂਜ, ਫਿਰ ਉਹਨਾਂ ਨੇ ਤੁਹਾਨੂੰ ਉਹ ਉਸ ਚੀਜ਼ ਨੂੰ ਕਬੂਲ ਹੀ ਨਹੀਂ ਕਰਨਾ। ਸੋ ਇਸ ਕਰਕੇ ਮਤਲਬ ਕਿ ਤੁਹਾਨੂੰ ਦੁਬਾਰਾ ਸਪੋਂਸਰਸ਼ਿਪ ਕਰਨੀ ਪੈਗੀ। ਮੈਂ ਅੱਜ ਕਿਸੇ ਨੇ ਕਾਲ ਕੀਤਾ ਤਾਂ ਉਹਨਾਂ ਨੂੰ ਦੱਸਿਆ ਅਤੇ ਦੇ ਵਰ ਸ਼ੌਕਡ ਕਿ ਮੈਂ ਦੁਬਾਰਾ ਅਪੀਲ ਨਹੀਂ ਹੋ ਸਕਦੀ ਉਹਨਾਂ ਨੂੰ। ਸੋ ਇਸ ਕਰਕੇ ਬੜੇ ਧਿਆਨਪੂਰਵਕ, ਬੜੇ ਕੇਅਰਫੁਲੀ ਆਪਣੀ ਐਪਲੀਕੇਸ਼ਨ ਵਿੱਚ ਦੇਖੋ ਕਿ ਕੀ ਤੁਹਾਡੇ ਕੋਲ ਸਬੂਤ ਹੈ ਨਹੀਂ ਹੈ। ਸੋ ਕਿਉਂਕਿ ਦੁਬਾਰਾ ਅਪੀਲ ਨਹੀਂ ਹੋ ਸਕਦੀ ਇਸ ਚੀਜ਼ ਦੀ। ਨਵੀਦਾ ਆਫਰੀ ਪਲੀਜ਼ ਇੰਗਲਿਸ਼, ਆਈ ਕੈਨੋਟ ਟਾਕ ਇਨ ਇੰਗਲਿਸ਼ ਕਿਉਂਕਿ ਦਿਸ ਮੈਟਰ ਇਜ਼ ਫਰੋਮ ਇੰਡੀਅਨ ਆਡੀਅੰਸ, ਇੰਡੀਅਨ ਲੋਕ ਸੁਣ ਰਹੇ ਹੈ ਅਤੇ ਇੰਗਲਿਸ਼ ਆਈ ਕੈਨੋਟ ਟਾਕ ਫੁੱਲ ਇਨ ਇੰਗਲਿਸ਼। ਨਵੀਦਾ ਆਫਰੀ ਕਾਲ ਕਾਲ ਯੂ ਕੈਨ ਕਾਲ ਇਜ਼ ਦਿਸ ਨੰਬਰ ਰਾਈਟ ਨਾਉ ਐਂਡ ਫੋਨ ਲਾਈਨਸ ਆਰ ਵੇਟਿੰਗ, ਵੀ ਆਈਲ ਟੇਕ ਯੋਰ ਕਾਲ ਇਫ ਯੂ ਵਾਂਟ ਟੂ ਟਾਕ। 780-652-1295 ਸਾਡਾ ਜੀ ਟੈਂਪਰੇਰੀ ਨੰਬਰ ਆ, ਜਿੰਨੀ ਦੇਰ ਤੱਕ ਸਾਡਾ ਪੁਰਾਣਾ ਨੰਬਰ ਜਿਹੜਾ ਉਹ ਫੇਰ ਐਕਟੀਵੇਟ ਹੋਏਗਾ ਤੇ ਦੁਬਾਰਾ ਉਸ ਨੰਬਰ ਚੱਲ ਜਾਏਗਾ, ਪਰ ਅੱਜ ਦੇ ਦਿਨ ਤੁਸੀਂ ਇਸ ਨੰਬਰ ਤੇ ਡਾਇਲ ਕਰ ਸਕਦੇ ਹੋ 700-652-1295। ਔਰ ਅਗਰ ਮਤਲਬ ਹੁਣ ਜਿਹੜੇ ਜੀ ਉਹ ਸ਼ਖਸ ਤੁਹਾਨੂੰ ਫੇਸਬੁੱਕ ਤੇ ਕਹਿ ਰਹੇ ਨੇ ਵੀ ਤੁਸੀਂ ਅੰਗਰੇਜ਼ੀ ਦੀ ਗੱਲ ਕਰੋ, ਉਹਨਾਂ ਨੂੰ ਦੱਸ ਦਿਓ ਜੀ ਕਿ ਪੰਜਾਬੀ ਦਾ ਪ੍ਰੋਗਰਾਮ ਹੈ। ਹਾਂਜੀ ਹਾਂਜੀ, ਤੇ ਇਸ ਕਰਕੇ ਇੱਥੇ ਅੰਗਰੇਜ਼ੀ ਨਹੀਂ, ਠੀਕ ਆ, ਅਸੀਂ ਸ਼ਬਦ ਜ਼ਰੂਰ ਕਈ ਵਾਰੀ ਬੋਲ ਜਾਂਦੇ ਹਾਂ ਅੰਗਰੇਜ਼ੀ ਦੇ, ਕਈ ਵਾਰੀ ਫਿਕਰਾ ਵੀ ਬੋਲ ਜਾਂਦੇ, ਪਰ ਪੂਰੇ ਦਾ ਪੂਰਾ ਪ੍ਰੋਗਰਾਮ ਅਸੀਂ ਪੰਜਾਬੀ ਚ ਰੱਖਾਂਗੇ। ਹਾਂਜੀ ਹਾਂਜੀ, ਇਹ ਬੜੀ ਸਮੱਸਿਆ ਰਹਿੰਦੀ ਹੈ ਐਕਚੁਅਲੀ। ਕਈ ਵਾਰ ਇੰਗਲਿਸ਼ ਵਾਲੇ ਜਿਹੜੇ ਸਾਊਥ ਇੰਡੀਅਨ ਜਾਂ ਕੁਛ ਹੋਰ ਜਿਹੜੇ ਬਾਹਰ ਰਹਿਣਾ, ਉਹ ਐਕਸਪੈਕਟ ਕਰਦੇ ਹੈ ਕਿ ਵੀ ਕੈਨੇਡਾ ਤੋਂ ਕਾਲ ਆ ਰਹੀ ਹੈ, ਕੈਨੇਡਾ ਤੋਂ ਕਾਲ ਚੱਲ ਰਹੀ ਹੈ, ਇਹ ਲੋਕ ਸਾਰੇ ਇੰਗਲਿਸ਼ ਹੀ ਬੋਲਦੇ ਹੋਣਗੇ। ਮੈਂ ਇੱਕ ਦੋ ਵਾਰ, ਮੇਰਾ ਐਕਸਪੀਰੀਅੰਸ ਇਹ ਰਿਹਾ ਕਿ ਉਹ ਫਿਰ ਇੰਗਲਿਸ਼ 'ਚ ਗੱਲ ਕਰ ਰਹੇ ਅਤੇ ਮੈਂ ਉਹਨਾਂ ਨੂੰ ਮੈਂ ਸੋਚਿਆ ਕਿ ਵੀ ਇੰਡੀਆ ਤੋਂ ਕਾਲ ਆ ਰਹੀ ਹੈ ਅਤੇ ਇਹਨਾਂ ਨਾਲ ਇੰਗਲਿਸ਼ ਕੀ ਗੱਲ ਕਰਨੀ, ਉਹ ਕਹਿੰਦੇ ਨਹੀਂ ਸਰ, ਯੋਰ ਇੰਗਲਿਸ਼ ਇੰਗਲਿਸ਼ ਪਲੀਜ਼ ਇੰਗਲਿਸ਼ ਪਲੀਜ਼। ਉਹ ਐਕਸਪੈਕਟ ਕਰਦੇ ਕਿ ਬਾਹਰ ਵਾਲੇ ਸਿਰਫ ਅੰਗਰੇਜ਼ 'ਚ ਹੀ ਬੋਲਦੇ ਆ ਸਾਰਾ, ਇਸ ਤਰ੍ਹਾਂ ਕਰਕੇ। ਸੋ ਇਸ ਤਰ੍ਹਾਂ ਬਾਕੀ ਦੋਸਤੋ ਹੋਰ ਵੀ ਕੋਈ ਅਗਰ ਸਵਾਲ ਹੈ ਤਾਂ ਪੁੱਛਣਾ। ਇੱਕ ਹੋਰ ਅਨਾਊਂਸਮੈਂਟ ਇਮੀਗ੍ਰੇਸ਼ਨ ਮਿਨਿਸਟਰ ਨੇ ਕੀਤੀ ਹੈ ਰੀਸੈਂਟਲੀ, ਪਿਛਲੇ ਹਫ਼ਤੇ, ਕਿ ਜਿਹੜੇ ਲੋਕ ਅਪਲਾਈ, ਆਲ ਗਿਵ ਯੂ ਵਨ ਐਗਜ਼ਾਮਪਲ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਉਹਦੇ ਨਾਲ ਤੁਹਾਨੂੰ ਸਮਝ ਆ ਜਾਏਗਾ। ਕਈ ਫਿਲੀਪੀਨਸ ਤੋਂ ਲਿਵ ਇਨ ਕੇਅਰ ਗਿਵਰ ਵਾਲਾ, ਇਹ ਜਿਹੜੇ ਆਉਂਦੇ ਆ ਨਾ ਬਹੁਤ, ਕਈ ਵਾਰ ਕਿਉਂਕਿ ਇਹਨਾਂ ਨੂੰ ਆਪਣੇ ਫੈਮਲੀ ਅਲਾਊਡ ਨਹੀਂ ਹੁੰਦਾ ਲਿਆਉਣਾ, ਕਿਉਂਕਿ ਇਹ ਕਿਸੇ ਦੇ ਘਰ ਕੰਮ ਕਰ ਰਹੇ ਹੈ, ਨਾ ਆਪਣੇ ਹਸਬੈਂਡ ਨੂੰ ਲਿਆ ਸਕਦੇ, ਨਾ ਆਪਣੇ ਬੱਚੇ ਨੂੰ ਲਿਆ ਸਕਦੇ ਹੈ,
ਤੇ ਇਹ ਕੀ ਕਰਦੇ ਆ ਕਿਉਂਕਿ ਟਰੈਵਲ ਏਜੰਟ ਵਾਲਾ ਫਿਲੀਪੀਨਸ ਵਾਲਾ ਕਈ ਵਾਰ ਉਹਨਾਂ ਨੂੰ ਜੇ ਬੱਚਾ ਹੈ ਵੀ ਉਹਨਾਂ ਦਾ ਉਹ ਕਹਿੰਦੇ ਬੱਚੇ ਨੂੰ ਤੁਸੀਂ ਸ਼ੋਅ ਨਾ ਕਰੋ ਕਿਉਂਕਿ ਤੁਹਾਡੇ ਵੀਜ਼ਾ ਮਿਲਣ ਦੇ ਚਾਂਸ ਤੁਹਾਡੇ ਘੱਟ ਜਾਣਗੇ ਕਿ ਅਗਰ ਫੈਮਿਲੀ ਸ਼ੋਅ ਕਰੋਗੇ ਇਸ ਤਰ੍ਹਾਂ ਦੀ ਉਹਨਾਂ ਦੇ ਦਿਮਾਗ 'ਚ ਹੈ ਕਈ ਫਿਲੀਪੀਨਸ ਐਂਡ ਇਟ ਕੈਨ ਹੈਪਨ ਵਿਦ ਐਨੀਬਡੀ ਤੇ ਕਈ ਫਿਲੀਪੀਨਸ ਕੇਅਰ ਗਿਵਰ ਨੇ ਆਪਣੇ ਬੱਚੇ ਨੂੰ ਸ਼ੋਅ ਹੀ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਪਤਾ ਹੈ ਕਿ ਵੀ ਵੀਜ਼ਾ ਲੱਗ ਜਾਏਗਾ ਬਾਅਦ 'ਚ ਦੇਖਾਂਗੇ ਉਹਨਾਂ ਦੀ ਲਾਅ ਦਾ ਨਹੀਂ ਪਤਾ ਤੇ ਇੱਥੇ ਆ ਕੇ 2 ਸਾਲ 3 ਸਾਲ ਕੰਮ ਕਰਨ ਦੇ ਬਾਅਦ ਜਦੋਂ PR ਅਪਲਾਈ ਕਰਦੇ ਆ ਫਿਰ ਉਹ ਬੱਚੇ ਦੀ ਯਾਦ ਕਿ ਮੇਰਾ ਤਾਂ ਬੱਚਾ ਉੱਥੇ ਰਹਿ ਗਿਆ ਮੈਂ ਹੁਣ PR ਬਣਨਾ ਹੈ ਤੇ PR ਆਪਣੇ ਬੱਚੇ ਨੂੰ ਵੀ ਲੈਣਾ ਇੱਕ ਇੱਥੇ ਇੱਕ ਲਾਅ ਹੈ ਰੈਗੂਲੇਸ਼ਨ 117(9)(D) 1179 ਤੁਸੀਂ ਗੂਗਲ ਤੇ ਸਰਚ ਕਰ ਲੈਣਾ ਪਤਾ ਲੱਗ ਜਾਏਗਾ ਉਹਦੇ ਤਹਿਤ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਅਗਰ ਬੱਚੇ ਨੂੰ ਤੁਸੀਂ ਡਿਕਲੇਅਰ ਨਹੀਂ ਕੀਤਾ ਓਰਿਜਨਲੀ ਬਿਫੋਰ ਪਹਿਲੀ ਵਾਰ ਅਗਰ ਡਿਕਲੇਅਰ ਨਹੀਂ ਕੀਤਾ ਮੁੜ ਕੇ ਤੁਸੀਂ ਉਸ ਬੱਚੇ ਨੂੰ PR ਫੈਮਿਲੀ ਸਪੋਂਸਰਸ਼ਿਪ ਲੈ ਕੇ ਕਰ ਨਹੀਂ ਸਕਦੇ ਆਪ ਉਹਨੂੰ ਤੁਸੀਂ ਪੱਕੇ ਨਹੀਂ ਕਰ ਸਕਦੇ ਲੇਕਿਨ ਪਿਛਲੇ ਹਫਤੇ ਜਸਟ ਲਾਸਟ ਵੀਕ ਇਮੀਗ੍ਰੇਸ਼ਨ ਮਿਨਿਸਟਰ ਨੇ ਕਹਿਤਾ ਕਿ ਬਈ ਨਹੀਂ ਇੱਦਾਂ ਨਹੀਂ ਹੋਏਗਾ ਇਨ ਫਿਊਚਰ ਆਪਾਂ 2 ਸਾਲ ਲਈ ਇੱਕ ਪਾਇਲਟ ਪ੍ਰੋਗਰਾਮ ਕਰਾਂਗੇ ਜਿਹਦੇ ਵਿੱਚ ਅਗਰ ਤੁਸੀਂ ਆਲਰੇਡੀ ਕਿਸੇ ਅਗਰ ਮੈਂਬਰ ਨੂੰ ਅਨਡਿਕਲੇਅਰ ਕੀਤਾ ਹੋਇਆ ਤੇ ਉਹਨਾਂ ਨੂੰ ਵੀ ਤੁਸੀਂ ਲਿਆਓ ਤੇ ਅਸੀਂ ਉਹਨਾਂ ਨੂੰ ਪੱਕਾ ਕਰ ਦੇਵਾਂਗੇ ਦਿਸ ਇਜ਼ ਅ ਬਿਗ ਬਿਗ ਚੇਂਜ ਫਰੋਮ ਲਾਸਟ ਟਾਈਮ ਜਿੰਨਾ ਟਾਈਮ ਤੋਂ ਮੈਂ ਦੇਖ ਰਿਹਾ ਇਸ ਤੋਂ ਵੱਡਾ ਚੇਂਜ ਮਤਲਬ ਕਈ ਹਜ਼ਾਰੋਂ ਲੋਕ ਹੈ ਇਸ ਤਰ੍ਹਾਂ ਜਿਹੜੇ ਜਿਹਨਾਂ ਦੇ ਬੱਚੇ ਨਹੀਂ ਆ ਸਕੇ ਤੇ ਉਹਨੂੰ ਉਹ ਬੱਚਿਆਂ ਨੂੰ ਲਾ ਸਕਦੇ ਆ ਲੱਗਦੇ ਨੇ ਜੀ ਤੁਸੀਂ ਗੱਲਬਾਤ ਦੱਸੋ ਜੀ ਕੋਈ ਉਹ ਅਗਰ ਕਿਸੇ ਨੂੰ ਮਤਲਬ ਉਹ 80s ਚ ਹੈਗੇ ਆ ਉਹ ਦੇਖਭਾਲ ਕਰਨ ਲਈ ਕੋਈ ਇੰਡੀਆ ਤੋਂ ਕਹਿੰਦੇ ਛੱਡ ਸਕਦੇ ਆ ਕੋਈ ਵੀ ਮੰਗਾ ਸਕਦਾ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਪਹਿਲਾਂ LMIA ਕਰਨੀ ਪਏਗੀ ਲੇਬਰ ਮਾਰਕੀਟ ਓਪੀਨੀਅਨ ਤੁਹਾਨੂੰ ਅਪਲਾਈ ਕਰਨਾ ਪਏਗਾ ਐਡਵਰਟਾਈਜ਼ ਕਰੋਗੇ ਪਹਿਲਾਂ ਪਤਾ ਕਰੋਗੇ ਵੀ ਲੋਕਲ ਲੋਕ ਅਪਲਾਈ ਕਰ ਰਹੇ ਨਹੀਂ ਕਰ ਰਹੇ ਫਿਰ ਜਸਟੀਫਾਈ ਕਰੋਗੇ ਕਿ ਮੈਨੂੰ ਲੋਕਲ ਨਰਸ ਹੈ ਲਿਵਿਨ ਕੇਅਰ ਗਿਵਰ ਫਲਾਨਾ ਜਿੰਨੇ ਵੀ ਆਲਰੇਡੀ ਹੈ ਇਹਨਾਂ ਵਿੱਚੋਂ ਕੋਈ ਵੀ ਮੇਰੇ ਕਾਬਿਲ ਨਹੀਂ ਹੈ ਕੋਈ ਵੀ ਮੇਰੇ ਲਈ ਸੂਟੇਬਲ ਨਹੀਂ ਹੈ ਤੇ ਮੈਨੂੰ ਜਿਹੜੇ ਉਹ ਇੰਡੀਆ ਬੈਠੀ ਹੈ ਜਿਹੜੀ ਪਿੰਡੋਂ ਬੈਠੀ ਹੈ ਜਿਹੜੀ ਕੁੜੀ ਬੈਠੀ ਹੈ ਉਹ ਵਧੀਆ ਇਹ ਸਾਰਾ ਜਸਟੀਫਾਈ ਹੋਏਗਾ ਫਿਰ ਜਾ ਕੇ LMIA ਅਪਰੂਵ ਹੋਏਗਾ ਫਿਰ LMIA ਲੈ ਕੇ ਫਿਰ ਉਹ ਵੀਜ਼ਾ ਅਪਲਾਈ ਕਰੇਗੀ ਨਿਊ ਦਿੱਲੀ ਹਾਈ ਕਮਿਸ਼ਨ ਸੋ ਇੰਨੇ ਸਾਰੇ ਪਾਪੜ ਵੇਲਨੇ ਆ ਜੇਕਰ ਕਾਮਯਾਬ ਹੋ ਗਿਆ ਤੇ ਹੋ ਗਿਆ ਪਲੱਸ ਤੁਸੀਂ ਇਨਕਮ ਵੀ ਸ਼ੋਅ ਕਰਨੀ ਆਪਣੀ ਤੁਸੀਂ ਉਹਨੂੰ ਤਨਖਾਹ ਕਿੰਨਾ ਦਿਓਗੇ ਕੰਟਰੈਕਟ ਦੇਣਾ ਹੈ ਕਿਸ ਤਰ੍ਹਾਂ ਰਹੇਗੀ ਕਿ ਨਹੀਂ ਹੈ ਤਨਖਾਹ ਕਿੰਨੀ ਕਿ ਦੇਣੀ ਪੈਂਦੀ ਹੈ ਜੋ ਵੀ ਇਹਨਾਂ ਦੀ ਮਿਨੀਮਮ ਹੈ ਆਈ ਡੂ ਨਾਟ ਨੋ ਮੈਂ ਚੈੱਕ ਕਰਦਾ ਕਰੀਬ ਕਰੀਬ ਮੈਂ ਸਮਝਦਾ ਕਿ $18-20 ਤੇ ਪਰ ਆਵਰ ਤੇ ਹੋਣੀ ਚਾਹੀਦੀ ਹੈ ਪਲੱਸ ਉਹਨਾਂ ਨੂੰ ਫਿਰ ਘਰ ਦਾ ਚਾਹੀਦਾ ਹੈ ਕਿ ਰੂਮ ਵਾਲਾ ਜੋ ਵੀ ਹੈ ਸ਼ੈਲਟਰ ਵਾਲਾ ਤੇ ਉਹਨਾਂ ਨੂੰ ਫੁੱਲ ਵੈਕੇਸ਼ਨ ਪੇ ਮੈਡੀਕਲ ਕਵਰੇਜ ਵਾਲਾ ਇਹ ਸਾਰਾ ਅਟਰਮ ਪਟਰਮ ਐਜ਼ ਅ ਰੈਗੂਲਰ ਵਰਕਰ ਤੁਹਾਨੂੰ ਸਾਰੇ ਬੈਨੀਫਿਟ ਦੇਣੇ ਪੈਣਗੇ ਫਿਰ ਜਾ ਕੇ ਯੂ ਆਰ ਐਲੀਜੀਬਲ ਟੂ ਬ੍ਰਿੰਗ ਦੈਮ ਪਰ ਅਗਰ ਜੇ ਮੈਂ ਤੁਹਾਡੀ ਐਪਲੀਕੇਸ਼ਨ ਦੇਖ ਰਿਹਾ LMIA ਤੇ ਮੈਂ ਤੁਹਾਨੂੰ ਕਹਾਂਗਾ ਤੁਸੀਂ ਇੰਨੀ ਦੂਰ ਲੈਣ ਦੀ ਕੀ ਲੋੜ ਹੈ ਤੁਸੀਂ ਇੱਥੋਂ ਹੀ ਹਜ਼ਾਰੋਂ ਇੱਥੇ ਪਾਰਟ ਟਾਈਮ ਸਟੂਡੈਂਟ ਘੁੰਮ ਰਹੇ ਹੈ ਨਰਸਾਂ ਵੇਲੀ ਬੈਠੀ ਹੈ ਤੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਹਾਇਰ ਕਰਦੇ ਗੱਲ ਇੱਦਾਂ ਹੁੰਦੀ ਹੈ ਕਿ ਵੀ ਇਹ ਲੋਕਾਂ ਨੇ ਐਕਚੁਅਲੀ ਸਰਕਾਰਾਂ ਨੂੰ ਵੀ ਪਤਾ ਹੈ ਕਿ ਇਹ ਲੋਕਾਂ ਨੇ ਇਹਨਾਂ ਨੂੰ ਮੈਨੂਪੁਲੇਟ ਕਰ ਲਿਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਖਿੱਚ ਲਓ ਕਿਸੇ ਬਹਾਨੇ ਸੋ ਦੈਟਸ ਵਾਈ ਦੇ ਆਰ ਵੈਰੀ ਸਟ੍ਰਿਕਟ ਔਨ LMIA ਇਹ ਮਤਲਬ ਉਹੀ ਗੱਲ ਤੁਹਾਨੂੰ ਕਹੀ ਹੈ ਨਾ ਇਹਨਾਂ ਨੇ ਹੁਣ ਤੁਸੀਂ ਉਹ ਗੱਲ ਅਗਰ ਪ੍ਰੂਵ ਕਰਕੇ ਉਹ ਪਹਿਲਾਂ ਤੁਹਾਨੂੰ ਪ੍ਰੂਵ ਕਰਨਾ ਪੈਣਾ ਵੀ ਹਾਂ ਵੀ ਉਹ ਬੰਦਾ ਸਾਨੂੰ ਇਹਨਾਂ ਗੱਲਾਂ ਲਈ ਉਹ ਲਾਹੇਵੰਦ ਹੋਵੇਗਾ ਹਾਂਜੀ ਤੇ ਦੇਖੋ ਇਹ ਹੁਣ ਫਿਰ ਗਾਂ ਡਿਪੈਂਡ ਕਰਦਾ ਜੀ ਉਹਨਾਂ ਤੇ ਜਿਹੜੇ ਕਹਿ ਲਓ ਇਮੀਗ੍ਰੇਸ਼ਨ ਵਾਲੇ ਨੇ ਤੇ ਉਹ ਉਸ ਗੱਲ ਨੂੰ ਮੰਨਦੇ ਆ ਇੰਟਰਵਿਊ ਕੀਤਾ ਤੁਸੀਂ ਗੱਲਬਾਤ ਕੀਤੀ ਹੈ
ਆ ਫਲਾਨਾ ਜਿਹੜੀ ਨਰਸ ਹੈ ਜਿਹੜੀ ਅਪਲਾਈ ਕਰ ਰਹੀ ਸੀ ਉਹ ਵੀ ਹਿੰਦੀ ਪੰਜਾਬੀ ਬੋਲਦੀ, ਤੁਸੀਂ ਇਹਨਾਂ ਨੂੰ ਕੀ ਨਹੀਂ ਰੱਖਿਆ? ਸੋ ਯੂ ਗਾਟ ਟੂ ਜਸਟੀਫਾਈ ਜਿਹੜੀ ਉਹਨਾਂ ਨੇ ਗੱਲ ਕਹੀ ਆ ਕੀ ਉਹ ਕਾਰਨ ਬਣ ਸਕਦਾ ਕਿ ਹਾਂ ਵੀ ਉਹ ਸਾਡੇ ਪਰਿਵਾਰ ਦਾ? ਨਹੀਂ 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 ਨਾ ਨਾ ਭਰੋਸੇ ਵਾਲੀ ਨਹੀਂ 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 ਪਰਿਵਾਰ ਦਾ ਕੋਈ ਇਹਦੇ ਵਿੱਚ ਚੱਕਰ ਨਹੀਂ। ਪਰਿਵਾਰ ਦਾ ਇੱਕ ਬੈਨੀਫਿਟ ਇਹ ਜ਼ਰੂਰ ਹੋ ਸਕਦਾ ਕਿ ਹਾਂ ਸ਼ਾਇਦ ਉਹ ਤੁਹਾਡੀ ਲੈਂਗੁਏਜ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ, ਲੇਕਿਨ ਉਹ ਵੀ ਉਹਨ ਉਹ ਵੀ ਰੀਜ਼ਨ ਨਹੀਂ ਰਿਹਾ ਕਿਉਂਕਿ ਇੱਥੇ ਤੁਹਾਡੀ ਲੈਂਗੁਏਜ ਸਮਝ ਵਾਲੇ ਹੋਰ ਵੀ ਬਥੇਰੇ ਬੈਠੇ ਆ। ਸੋ ਉਹ ਇੱਕ ਜਸਟੀਫਾਈਬਲ ਰੀਜ਼ਨ ਨਹੀਂ ਹੈ। ਇਹ ਗੱਲਾਂ ਹੁੰਦੀਆਂ ਲੇਬਰ ਮਾਰਕੀਟ ਦੇ ਵਿੱਚ ਕੀ ਇੰਪੈਕਟ ਪੈ ਰਿਹਾ, ਗੱਲ ਤਾਂ ਇਹ ਹੈ ਇਹਦੇ ਵਿੱਚ ਫੈਮਿਲੀ ਦਾ ਇਮੋਸ਼ਨ ਫੈਮਿਲੀ ਦਾ ਸੈਂਟੀਮੈਂਟ ਦਾ ਕੋਈ ਰੋਲ ਨਹੀਂ ਹੈ। ਥੈਂਕ ਯੂ ਮਾਨ ਸਾਹਿਬ, ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਸਿੱਧੀ ਗੱਲਬਾਤ ਹੈ ਜੀ ਵੀ ਉਹ ਡਿਪੈਂਡ ਕਰਦਾ ਵੀ ਜੇ ਮਾਰਕੀਟ ਦੇ ਵਿੱਚ ਅਵੇਲੇਬਲ ਹੋਰ ਬੰਦੇ ਹੈਗੇ ਉਸੇ ਜੌਬ ਲਈ ਤੇ ਤੁਹਾਨੂੰ ਉਹਨਾਂ ਨੂੰ ਜੌਬ ਪਹਿਲਾਂ ਦੇਣੀ ਪੈਗੀ। ਦੇਖੋ ਗੱਲ ਇਸ ਗੱਲ ਇਹ ਸਮਝਣ ਵਾਲੀ ਹੈ ਕਿ LMI ਦਾ ਕਨਸੈਪਟ ਇਹ ਹੀ ਹੈ, ਅਦਰਵਾਈਜ਼ ਤੇ ਕੋਈ ਵੀ ਇੰਪਲੋਇਰ ਇੱਕ ਛੋਟੀ ਜਿਹੀ ਚਿੱਠੀ ਲਿਖ ਕੇ ਦੇ ਦੇਗੇ ਜੀ ਮੈਨੂੰ ਫਲਾਣੇ ਇੰਜੀਨੀਅਰ ਦੀ ਲੋੜ ਹੈ, ਮੈਨੂੰ ਅਕਾਊਂਟੈਂਟ ਦੀ ਲੋੜ ਹੈ, ਇਹ ਲਿਆਓ ਜੀ। ਫਿਰ ਜਿਹੜੇ ਲੋਕਲ ਕੈਨੇਡੀਅਨ ਸਿਟੀਜ਼ਨ ਜਾਂ ਲੋਕਲ ਕੈਨੇਡੀਅਨ PR ਜਿਹੜੇ ਲੋਕਲ ਜਿਹੜੇ ਲੋਕ ਬੈਠੇ ਹੋਏ ਆ ਜਿਹੜੇ ਆਥੋਰਾਈਜ਼ਡ ਹੈ ਕੰਮ ਕਰਨ ਲਈ, ਉਹਨਾਂ ਦਾ ਕੀ ਬਣੇਗਾ? ਇੱਕ ਲੇਬਰ ਇੱਕ ਇਕਨੋਮਿਕ ਮਾਰਕੀਟ ਵਿੱਚ ਲੇਬਰ ਮਾਰਕੀਟ ਹੁੰਦਾ ਹੈ ਜਿਹਦੇ ਵਿੱਚ ਵੇਜਿਸ ਚੱਲ ਰਹੀ ਹੈ, ਵਿੱਚ ਇੱਕ ਸਰਟਨ ਵੇਜਿਸ ਹੈ ਕਿ ਵੀ ਇੰਨੀ ਵੇਜਿਸ ਤੁਸੀਂ ਦਿਓਗੇ ਤਾਂ ਤੁਸੀਂ ਹਾਇਰ ਕਰ ਸਕਦੇ ਹੋ। ਅਗਰ ਜੇ ਮੈਂ ਸੋਚ ਰਿਹਾ ਕਿ ਇੱਥੇ ਅਗਰ ਜੇ ਮੈਨੂੰ ਅਗਰ ਅਕਾਊਂਟ ਇੱਕ ਲੈਟਸ ਸੇ ਕਿ ਲਿਮਿਟਿਡ ਐਗਜ਼ਾਮਪਲ ਆਫ ਆਟੋਮੋਟਿਵ ਮਕੈਨਿਕ ਹੈ, ਇੱਕ ਆਟੋਮੋਟਿਵ ਮਕੈਨਿਕ ਨੂੰ ਮੈਂ ਹਾਇਰ ਕਰਨਾ, ਮੇਰੀ ਇੱਕ ਵਰਕਸ਼ਾਪ ਹੈ ਅਤੇ ਮੈਂ ਉਹਨਾਂ ਨੂੰ ਜੇ ਹਾਇਰ ਕਰਨਾ ਹੈ ਤੇ ਸਰਕਾਰ ਨੇ ਇੱਕ ਫਿਕਸ ਬਣਾਇਆ ਹੋਇਆ ਕਿ ਵੀ ਉਹਦੀ ਇੱਕ ਐਜੂਕੇਸ਼ਨ ਉਹਦੀ ਟ੍ਰੇਨਿੰਗ ਇੰਨੀ ਹੋਏਗੀ ਤਾਂ ਉਹ ਆਟੋਮੋਟਿਵ ਮਕੈਨਿਕ ਦਾ ਕੰਮ ਕਰੇਗਾ, ਉਹਦੀ ਤਨਖਾਹ ਹੈ $28 $29 ਵਟਐਵਰ ਜੋ ਵੀ ਕਿਹਾ ਇੰਨੀ ਦਿਓਗੇ। ਸੋ ਉਹਨਾਂ ਦੇ ਇੱਕ ਮਾਪਦੰਡ ਬਣਾਇਆ ਹੋਇਆ ਕਿ ਜਦ ਇੰਨੀ ਇੱਕ ਇਨਫੋਰਮੇਸ਼ਨ ਪੂਰੀ ਹੋਏਗੀ ਤਾਂ ਤੁਸੀਂ ਉਸ ਚੀਜ਼ ਨੂੰ ਹਾਇਰ ਕਰ ਸਕਦੇ ਹੋ। ਉਸ ਤਰ੍ਹਾਂ ਦੇ ਲੋਕ ਆਲਰੇਡੀ ਇੱਥੇ ਅਵੇਲੇਬਲ ਹਨ, ਜਿਸ ਤਰ੍ਹਾਂ ਲੋਟ ਆਫ ਆਟੋਮੋਟਿਵ ਮਕੈਨਿਕਸ ਇੱਥੇ ਆਲਰੇਡੀ ਐਡਮਿੰਟਨ ਕੰਮ ਕਰ ਰਹੇ ਹੈ ਅਤੇ ਪਹਿਲਾਂ ਸਰਕਾਰ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਹਾਇਰ ਕਰਦੇ? ਤੁਹਾਨੂੰ ਕੋਈ ਬਹੁਤ ਕੋਈ ਚਾਹ ਚੜਿਆ ਕਿ ਜੀ ਉੱਥੇ ਜੀ ਪੰਜਾਬ ਤੋਂ ਇੱਕ ਆਟੋਮੋਟਿਵ ਮਕੈਨਿਕ ਆਏਗਾ, ਪਹਿਲੀ ਗੱਲ ਉਹਦੀ ਐਜੂਕੇਸ਼ਨ ਅਤੇ ਟ੍ਰੇਨਿੰਗ ਇਸ ਮੁਕਾਬਲੇ ਹੋ ਹੀ ਨਹੀਂ ਸਕਦੀ, ਫਿਰ ਦੂਸਰਾ ਉਹਨੂੰ ਫਿਰ ਤਨਖਾਹ ਕੌਣ ਦੇਗਾ? ਤਨਖਾਹ ਤੁਹਾਡੇ ਜਿਹੜੇ ਪੈਸੇ ਚਲੋ ਹੈ ਇੱਥੇ ਹੈ, ਫਿਰ ਉਹਦਾ ਜਿਹੜਾ ਆਉਣ ਜਾਣ ਦਾ ਖਰਚਾ ਹੈ, ਫਿਰ ਉਹਦਾ ਅਕੋਮੋਡੇਸ਼ਨ ਹੈ, ਫਿਰ ਉਹਦਾ ਮੈਡੀਕਲ ਕਵਰੇਜ ਹੈ, ਫਲਾਣਾ ਕਵਰੇਜ ਹੈ, ਸੋ ਮੈਨੀ ਥਿੰਗਸ ਜਿਹੜਾ ਤੁਸੀਂ ਇੰਪਲੋਏ ਨੂੰ, ਜੇ ਅਗਰ ਉਸ ਇੰਪਲੋਏ ਵਿੱਚ ਇੰਨੀ ਹੀ ਖਾਸ ਚੀਜ਼ ਹੈ ਤਾਂ ਤੁਸੀਂ ਸੈਟਿਸਫਾਈ ਕਰੋ ਕਿ ਮੇਰੇ ਕੋਲ ਇੰਨਾ ਜ਼ਿਆਦਾ ਸਮਰਥ ਹੈ ਕਿ ਉਹਨੂੰ ਲਿਆ ਸਕਦੇ, ਠੀਕ ਹੈ, ਵੀ ਵਿਲ ਜਸਟ ਅਪਰੂਵ ਯੋਰ ਐਪਲੀਕੇਸ਼ਨ। ਇਹ ਆਟੋਮੋਟਿਵ ਮਕੈਨਿਕ 'ਚ ਨਹੀਂ ਹੋ ਸਕਦਾ, ਕੋਈ ਲੈਟਸ ਸੇ ਕਿ ਕੋਈ ਬਹੁਤ ਤਗੜਾ ਕੋਈ ਇਸ ਤਰ੍ਹਾਂ ਹੋ ਕੇ ਇੱਕ ਮੈਨੂੰ ਕਿਸੇ ਨੇ ਕਾਲ ਕੀਤਾ ਸੀ ਕਿ ਫਰਜ਼ ਕਰੋ ਜੇ ਮੈਂ ਹੀ ਕਹਿੰਦਾ ਇੱਥੇ ਵੀ ਮੈਨੂੰ ਕੋਈ ਬੰਦਾ ਰੇਡੀਓ ਪ੍ਰੋਗਰਾਮ ਲਈ ਚਾਹੀਦਾ, ਹਾਂ ਐਗਜ਼ਾਮਪਲ, ਹਾਂ ਔਰ ਉਹਦੇ ਤੇ ਉਹ ਕੰਡੀਸ਼ਨਸ ਤੁਸੀਂ ਲਾ ਦਿੰਦੇ ਵੀ ਹਾਂ ਜੀ ਸਾਨੂੰ ਉਹਨੂੰ ਆਹ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਨੇ, ਹਾਂਜੀ ਹਾਂਜੀ ਠੀਕ ਹੈ ਜੀ, ਉਹਦੇ ਕੋਲ ਆਹ ਨੌਲੇਜ ਹੋਣਾ ਚਾਹੀਦਾ ਦੈਟ ਐਂਡ ਦੈਟ, ਉਹ ਪਹਿਲੀ ਗੱਲ ਇਹ ਹੈ ਵੀ ਤੁਹਾਨੂੰ ਉਹਨਾਂ ਨੂੰ ਜੌਬ ਫੁੱਲ ਟਾਈਮ ਦੇਣੀ ਪਏਗੀ। ਦੈਟਸ ਰਾਈਟ, ਜੌਬ ਮਸਟ ਬੀ ਫੁੱਲ ਟਾਈਮ, ਜੋ ਉਹਨਾਂ ਦੀ ਮਿਨੀਮਮ ਇੱਕ ਵੇਜ ਰੇਟ ਹੈ, ਜਾ ਕੇ ਤੁਸੀਂ ਸਰਵਿਸ ਕੈਨੇਡਾ ਦੀ ਵੈਬਸਾਈਟ ਚੈੱਕ ਕਰੋ, ਉਹਨਾਂ ਦਾ NOC ਚੈੱਕ ਕਰੋ, ਉਹਨਾਂ ਦੇ ਉਹਦੇ ਵਿੱਚ ਲਿਖਿਆ ਹੋਇਆ ਸਟਾਰਟਿੰਗ ਵੇਜ, ਮੀਡੀਅਨ ਵੇਜ ਐਂਡ ਹਾਈਸਟ ਵੇਜ। ਮਿਨੀਮਮ ਤੁਸੀਂ ਮੀਡੀਅਨ ਵੇਜ ਲੈ ਕੇ ਤੁਸੀਂ ਉਹ ਮਿਨੀਮਮ ਤੁਹਾਨੂੰ ਦੇਣਾ ਜ਼ਰੂਰੀ ਹੈ। ਕੰਟਰੈਕਟ ਦਿਓਗੇ, ਕੰਟਰੈਕਟ ਲਿਖੋਗੇ, ਉਸ ਕੰਟਰੈਕਟ ਵਿੱਚ ਰੈਗੂਲਰ ਜਿਹੜਾ ਕੰਟਰੈਕਟ ਹੈ ਜਿਹੜੇ ਅਲਬਰਟਾ ਗਵਰਨਮੈਂਟ ਤੋਂ ਜਿਹੜਾ ਇੰਪਲੋਇਮੈਂਟ ਸਟੈਂਡਰਡ 'ਚ ਕੰਟਰੈਕਟ ਬਣਿਆ, ਜਿਹਦੇ ਵਿੱਚ ਸਾਰਾ ਲਿਖਿਆ ਹੋਏਗਾ ਕਿ ਵੀ ਕਿੰਨੇ ਵਜੇ ਕੰਮ ਸ਼ੁਰੂ ਹੋਏਗਾ, ਕਿੰਨੇ ਵਜੇ ਖਤਮ ਹੋਏਗਾ, ਕਿੰਨਾ ਬ੍ਰੇਕ ਮਿਲੇਗਾ, ਕਿੰਨੀ ਤੁਹਾਡੇ ਬੈਨੀਫਿਟ ਹੈ, ਮੈਡੀਕਲ ਹੈ ਕਿ ਨਹੀਂ ਹੈ, ਵੈਕੇਸ਼ਨ ਪੇ ਫਲਾਨਾ ਵਾਲਾ, ਜੋ ਵੀ ਪ੍ਰੋਪਰ ਇੱਕ ਕੰਟਰੈਕਟ ਹੈ ਉਹ ਤੁਸੀਂ ਸਾਈਨ ਕਰੋਗੇ, ਉਹ ਸਾਈਨ ਕਰੇਗਾ ਤਾਂ ਜਾ ਕੇ ਫਿਰ ਉਹ ਅੱਗੇ ਕੰਮ ਸ਼ੁਰੂ ਹੋਏਗਾ। ਔਨ ਟੋਪ ਆਫ ਦੈਟ ਤੁਹਾਡੇ ਕੋਲ ਜਿੰਨੇ ਵੀ ਤੁਸੀਂ ਤਨਖਾਹ ਦੇ ਰਹੇ ਹੋ ਸਾਲ ਦੀ ਜਿੰਨੀ ਤਨਖਾਹ ਹੈ ਤੁਹਾਡੇ ਕੋਲ, ਤੁਹਾਡੇ ਜਿਹੜੇ ਉਹਨਾਂ ਇਨਕਮ ਟੈਕਸ ITR ਫਾਈਨੈਂਸ਼ੀਅਲ ਰਿਜ਼ਰਵ ਚੈੱਕ ਕਰਨਗੇ, ਤੁਹਾਡੇ ਕੋਲ ਇੰਨਾ ਜ਼ਿਆਦਾ ਕਪੈਸਿਟੀ ਵੀ ਹੈ ਕਿ ਉਹਨਾਂ ਨੂੰ ਤੁਸੀਂ ਤਨਖਾਹ ਦੇ ਦਿਓਗੇ। ਸੋ ਇਹ ਸਾਰੇ ਹੋਣਗੇ ਤਾਂ ਜਾ ਕੇ ਹੋਏਗਾ। ਫਿਰ ਉਹਦੇ ਬਾਅਦ ਤੁਸੀਂ ਐਡਵਰਟਾਈਜ਼ ਕਰੋਗੇ, ਤਿੰਨ ਜਿਹੜੇ ਮਿਨੀਮਮ ਸਾਈਟਸ ਹੈ ਜਿਸ ਤਰ੍ਹਾਂ ਜੌਬ ਬੈਂਕ ਹੈ, ਦੋ ਹੋਰ ਵੀ ਜਿਹੜੇ ਆਪਣੇ ਲੋਕਲ ਏਰੀਆ ਤੁਸੀਂ ਦੇਖੋ, ਅਖਬਾਰ ਵਗੈਰਾ ਔਨਲਾਈਨ ਵੀ ਆ, ਬੁਲੇਟਿਨ ਬੋਰਡ 'ਤੇ ਵੀ ਦੇ ਸਕਦੇ ਹੋ ਕਿ ਵੀ ਮੈਨੂੰ ਫਲਾਣੇ ਫਲਾਣੇ ਪ੍ਰੋਫੈਸ਼ਨਲ ਦੀ ਲੋੜ ਹੈ। ਉਸ ਐਡ ਨੂੰ ਤੁਸੀਂ ਮਿਨੀਮਮ 6 ਹਫ਼ਤੇ ਲਾਓਗੇ, ਮਿਨੀਮਮ 6 ਹਫ਼ਤੇ ਸਾਰੇ ਬੋਰਡਾਂ 'ਚ ਲਾਓਗੇ। ਫਿਰ ਲੋਕਾਂ ਨੇ ਅਪਲਾਈ ਕਰਨਾ, ਜਿਹੜੇ ਆਲਰੇਡੀ ਕੈਨੇਡੀਅਨ ਸਿਟੀਜ਼ਨ ਹੈ, ਸਮਬਡੀ ਹੂ ਲਿਵਿੰਗ ਮੇ ਬੀ ਕਲੋਜ਼ ਟੂ ਯੂ, ਉਹਨਾਂ ਨੇ ਅਪਲਾਈ ਕਰਨਾ। ਜੇ ਅਗਰ ਰੈਜ਼ਿਊਮੇ ਆ ਗਏ, ਲੈਟਸ ਸੇ 100 ਰੈਜ਼ਿਊਮੇ ਆ ਗਏ, ਯੂ ਗਾਟ ਟੂ ਬੀ ਏਬਲ ਟੂ ਪ੍ਰੂਵ ਕਿ ਤੁਸੀਂ 100 ਰੈਜ਼ਿਊਮੇ ਨਾਲ ਗੱਲਬਾਤ ਕਰਕੇ ਤੁਸੀਂ ਇੰਟਰਵਿਊ ਕਰਕੇ ਉਹਨਾਂ ਨੂੰ ਸਕਰੀਨ ਆਊਟ ਕਰ ਲਿਆ ਕਿ ਵੀ ਇਹ ਮੇਰੇ ਮਤਲਬ ਦਾ ਨਹੀਂ ਹੈ। ਫਿਰ ਜਾ ਕੇ ਫਿਰ ਉਹ ਅਗਲੇ ਸਟੇਜ ਤੱਕ ਗੱਲ ਆ ਗਈ ਕਿ ਵੀ ਹਾਂ ਵੀ 100 ਬੰਦਿਆਂ 'ਚ ਵੀ ਕੋਈ ਮੇਰੇ ਮਤਲਬ ਦਾ ਨਹੀਂ ਹੈ, ਪਰ ਮੇਰੇ ਮਤਲਬ ਦਾ ਉਹ ਬੰਦਾ ਬੈਠਾ ਹੈ ਜਿਹੜਾ ਉੱਥੇ ਲੁਧਿਆਣੇ ਡਿਸਟ੍ਰਿਕਟ ਉੱਥੇ ਬੈਠਾ ਹੈ। ਇਟ ਇਜ਼ ਕੁਆਇਟ ਡਿਫੀਕਲਟ ਟੂ ਪ੍ਰੂਵ। ਪ੍ਰੋਬਲਮ ਐਕਚੁਲੀ ਮੈਂ ਕਈ ਸਾਲਾਂ ਤੋਂ, ਪਿਛਲੇ 6-7 ਸਾਲ ਤੋਂ ਮੈਂ ਕਈ ਵਾਰ ਅਨਾਊਂਸ ਕਰ ਚੁੱਕਿਆ ਕਿ LMI ਦਾ ਜਿਹੜਾ ਪ੍ਰੋਸੈਸ ਹੈ ਨਾ,
ਇਹ ਪ੍ਰੋਸੈਸ ਸਰਕਾਰ ਨੇ ਬਣਾਇਆ ਤੇ ਗੁੱਡ ਇੰਟੈਂਸ਼ਨ ਨਾਲ, ਲੇਕਿਨ ਇਹਨਾਂ ਨੂੰ ਮਤਲਬ ਕਿ ਕਈ ਇੰਪਲੋਇਰਸ ਨੇ, ਬ੍ਰੋਕਰਾਂ ਨੇ ਇਸ ਚੀਜ਼ ਨੂੰ ਅਬਿਊਜ਼ ਕਰ ਲਿਆ। ਮਤਲਬ ਕਿ ਅਗਰ ਜੇ ਫਰਜ਼ ਕਰੋ ਮੈਂ ਕਿਸੇ ਨੂੰ ਫਾਇਦਾ ਪਹੁੰਚਾਉਣਾ, ਭਾਵੇਂ ਮੈਂ ਪੈਸੇ ਲੇਕਰ ਕਿਸੇ ਨੂੰ ਜੋਬ ਦੇ ਕੇ ਜੋਬ ਸ਼ੋਅ ਕਰ ਰਿਹਾ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਸਪੋਂਸਰ ਕਰ ਰਿਹਾ, ਤੇ ਮੈਂ ਮਤਲਬ ਕਿ ਜਸਟੀਫਾਈ ਕਰ ਰਿਹਾ ਕਿ ਬਈ ਸਾਰੀ ਦੁਨੀਆ ਦੇ ਲੋਕ, ਸਾਰੇ ਕੈਨੇਡਾ ਦੇ ਲੋਕ ਜਿੰਨੇ ਵੀ ਰੈਜ਼ਿਊਮੇ ਆ ਰਹੇ ਦੇ ਆਰ ਯੂਸਲੈਸ, ਲੇਕਿਨ ਫਲਾਨਾ ਬੰਦਾ ਜਿਹੜਾ ਮੇਰਾ ਦੁਬਈ ਬੈਠਾ ਹੈ ਉਹ ਵਧੀਆ ਕੰਮ ਹੈ। ਦਿਸ ਇਜ਼ ਇਲੋਜੀਕਲ। ਕੁਛ ਕੇਸਿਸ ਵਿੱਚ ਤੇ ਹੋ ਸਕਦਾ ਹੈ, ਸਾਰੇ ਕੇਸਿਸ ਵਿੱਚ ਨਹੀਂ ਹੋ ਸਕਦਾ। ਜਿਹੜੇ ਜਨਰਲ ਕੈਟੇਗਰੀ ਲੋਕ ਹੈ, ਜਿਸ ਤਰ੍ਹਾਂ ਆਫਿਸ ਵਰਕਰ ਹੈ, ਅਕਾਊਂਟੈਂਟ ਹੈ, ਜਾਂ ਕੋਈ ਹੋਰ ਰਿਸੈਪਸ਼ਨਿਸਟ ਹੈ, ਫਰੰਟ ਆਫਿਸ ਹੈ, ਜਾਂ ਡੈਂਟਲ, ਯੂ ਨੋ, ਕੋਈ ਵੀ ਜਿਹੜੇ ਬੇਸਿਕ ਜਿਹੜੇ ਆਕੂਪੇਸ਼ਨ ਨੇ ਜਿਹਦੇ ਵਿੱਚ ਜ਼ਿਆਦਾ 1-2 ਸਾਲ ਦੇ ਟ੍ਰੇਨਿੰਗ ਤੋਂ ਜ਼ਿਆਦਾ ਲੋਡ ਨਹੀਂ ਜਿਹੜਾ ਕੋਈ ਕੰਮ ਕਰ ਸਕੇ, ਉਹਦੀ ਜਿਹੜੀ ਭਰਪਾਈ ਤੇ ਮਤਲਬ ਐਨੀਵੇਅਰ ਇਨ ਕੈਨੇਡਾ ਹੋ ਸਕਦੀ ਹੈ। ਜ਼ਰੂਰੀ ਤੁਸੀਂ ਐਡਮੰਟਨ, ਤੁਸੀਂ ਆਲ ਓਵਰ ਕੈਨੇਡਾ ਕਰੋ, ਹੋ ਸਕਦਾ ਕੋਈ ਨੋਵਾ ਸਕੋਸ਼ੀਆ ਤੋਂ ਫਲਾਈ ਕਰਕੇ ਆ ਤੁਹਾਡਾ ਕੰਮ ਸ਼ੁਰੂ ਕਰ ਸਕਦਾ, ਲੇਕਿਨ ਆਪਾਂ ਨੇ ਇਸ ਤਰ੍ਹਾਂ ਦਾ ਮਿਸਯੂਜ਼ ਕਰ ਲਿਆ ਕਿ ਆਪਣੀ ਖਾਤਰ ਸਪੋਂਸਰ ਕਰਨ ਲਈ, ਫਾਇਦੇ ਲਈ ਆਪਾਂ 100 ਰਿਜ਼ਿਊਮੇ ਕਈ ਜੋਬਾਂ ਦੇ ਵਿੱਚ, ਜਿਸ ਤਰ੍ਹਾਂ ਹੁਣ ਸ਼ੈਫ ਹੈ, ਕੁੱਕ ਹੈ, ਜਿਹੜੇ ਤੰਦੂਰ ਦਾ ਕੰਮ ਕਰ ਰਹੇ ਹੈ, ਜਿਹੜੇ ਕੁੱਕ ਦਾ ਕੰਮ ਕਰ ਰਹੇ ਹੈ। ਅੱਜ ਮੇਰਾ ਰੈਸਟੋਰੈਂਟ ਕਦੇ ਸਮਾਂ ਸੀਗਾ, ਹਾਂਜੀ, ਇੱਥੇ ਤੁਹਾਨੂੰ ਉਦਾਂ ਦੇ ਬੰਦੇ ਨਹੀਂ ਸੀ ਮਿਲਦੇ। ਇਟ ਇਜ਼ ਪੋਸੀਬਲ ਕਿ ਅਗਰ ਜੇ ਕੋਈ ਦੂਰ ਅਗਰ ਕੋਈ ਮੇਰਾ, ਜਿਸ ਤਰ੍ਹਾਂ ਹੁਣ ਤਾਂ ਐਡਮਿੰਟਨ ਸ਼ਹਿਰ ਹੈ, ਇੱਥੇ ਤਾਂ ਹਜ਼ਾਰੋਂ ਦੇ ਲੋਕ ਆਲਰੇਡੀ ਰਹਿ ਰਹੇ ਹੈ। ਇਮੈਜਿਨ ਕਰ ਲਓ ਕਿ ਇਫ ਆਈ ਐਮ ਗੋਇੰਗ ਅਬਾਊਟ 100 ਕਿਲੋਮੀਟਰ ਅੰਦਰ ਚਲੇ ਜਾਓ, ਤੁਸੀਂ ਕੋਈ ਹੋਰ ਛੋਟੇ ਪਿੰਡ, ਉੱਥੇ ਜਿਹੜਾ ਕੋਈ ਹਾਈਵੇ 'ਤੇ ਮੈਂ ਗੈਸੋਲੀਨ ਸਟੇਸ਼ਨ ਖੋਲਿਆ, ਉੱਥੇ 'ਚ ਇੰਡੀਅਨ ਰੈਸਟੋਰੈਂਟ ਮੇਰਾ ਚੱਲ ਰਿਹਾ, ਕੋਈ ਆਉਂਦੇ ਜਾਂਦੇ ਕੋਈ ਖਾ ਰਿਹਾ, ਕੋਈ ਦੂਰੀ ਰੋਟੀ ਵਾਲਾ, ਉੱਥੇ ਮੈਂ ਐਡਵਰਟਾਈਜ਼ ਕਰਦਾ ਕਿ ਵੀ ਮੈਨੂੰ ਵਰਕਰ ਦੀ ਲੋੜ ਹੈ, ਇਸੋਂ ਕੋਈ ਜਾਣ ਨੂੰ ਤਿਆਰ ਨਹੀਂ ਹੋਏਗਾ ਬਿਕੋਜ਼ ਆਫ ਦਾ ਰੀਜਨ। ਹਾਂ, ਉਸ ਸਰਟਨ ਸਿਚੁਏਸ਼ਨ ਵਿੱਚ ਮੈਂ ਜਸਟੀਫਾਈ ਕਰਨਾ ਜ਼ਰੂਰ, ਇਹ ਮਤਲਬ ਕਾਮਯਾਬ ਹੋ ਸਕਦਾ ਕਿ ਹਾਂ ਬਈ ਕੋਈ ਵਰਕਰ ਇੱਥੇ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈ, ਤੇ ਸਾਨੂੰ ਉਹ ਵਰਕਰ ਚਾਹੀਦਾ ਜਿਹੜਾ ਬਾਹਰੋਂ ਆਏਗਾ, ਕਿਉਂਕਿ ਬਾਹਰੋਂ ਸਾਡੇ ਨਾਲ ਉਹ ਹੁੱਕ ਮਜਬੂਰੀ ਲਈ ਉੱਥੇ ਟਿਕ ਜਾਏਗਾ 1-2 ਸਾਲ। ਹਾਂ, ਉਸ ਸਿਚੁਏਸ਼ਨ ਵਿੱਚ ਸ਼ਾਇਦ ਹੋ ਜਾਏ, ਲੇਕਿਨ ਐਡਮਿੰਟਨ ਸ਼ਹਿਰ ਹੈ, ਟੋਰੋਂਟੋ ਸ਼ਹਿਰ ਹੈ, ਵੈਨਕੂਵਰ ਸ਼ਹਿਰ ਹੈ, ਇੱਥੇ ਜਸਟੀਫਾਈ ਕਰਨਾ ਕਿੱਥੇ ਦੀ ਮਤਲਬ ਇਨਸਾਫ ਹੈ? ਮਤਲਬ ਇਟ ਡਸ ਨਾਟ ਮੇਕ ਸੈਂਸ। ਹਾਂਜੀ ਹਾਂਜੀ, ਹੈਲੋ ਦੇਸ਼ ਪੰਜਾਬ, ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। You speak English? Okay, go ahead. Yeah. What do you want to ask? Go ahead. Yes. You want to work? I am here to give immigration advice. I cannot generate any work for anybody, so you have to search work for yourself on your own, starting with the Google search. Where are you calling from? Ghana. Are you calling from Ghana? Wow. Okay, sanu te pata nahi si ki bhi Ghana to bhi koi call kar raha hai sade pro. In Ghana, but you know, as he said, that for work you have to find the work yourself. Go on the internet, Google it. If you can find some sort of work, he can give you immigration advice, like, you know, how to get here after you find the work. Okay. All right, then he'll be able to help you out. Okay. Yes. Yeah, you have to find your work on your own, brother. Yes. So how will I be able to get to work? What kind of qualifications you have? You're a technician? Yeah. What kind of technician? Radio technician. Yeah. You know, sir, what I can tell you finally is I am unable to help you. So my program is designed to give information to people who are facing legal problems. So as far as job is concerned, I'm not the right person. You have to find
the job consultants online on your own or directly approach the companies through their websites. All right. Thank you very much. Thank you very much for time. Dosto, mainu nahi pata si ko koi saade program radio desh punjab de program koi ghana bhi sun rahe ho na. Ghana te main kadi gaya nahi. Afrika bhi program sun rahe hain. Internet de program chalda hai. Haan ji. Itthe bhi baithe log. ਹਾਂਜੀ ਤਾਂ ਦੇਖੋ ਉਹਨਾਂ ਨੇ ਆਪਾਂ ਗੱਲ ਰੇਡੀਓ ਦੀ ਕੀਤੀ ਤੇ ਉਹਨਾਂ ਸ਼ਾਇਦ ਉਸੇ ਗੱਲ ਨੂੰ ਸੁਣਦਿਆਂ ਦੇਖ ਕੇ ਹਾਂਜੀ ਹਾਂਜੀ ਮਤਲਬ ਗੱਲ ਜਿਹੜੀ ਹੈ ਕਰ ਦਿੱਤੀ ਵੀ ਹਾਂ ਉਹ ਐਕਚੁਅਲੀ ਬੰਦਾ ਇਹ ਚ ਮੇਰੇ ਫੇਸਬੁੱਕ ਤੇ ਜੁੜਿਆ ਸ਼ਾਇਦ ਉਹ ਫੇਸਬੁੱਕ ਤੇ ਮੈਂ ਨੰਬਰ ਫਲੈਸ਼ ਕੀਤਾ ਨਾ ਤਾਂ ਉਹਨਾਂ ਉਹ ਸੁਣ ਕੇ ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਇੰਗਲਿਸ਼ ਬੋਲਣਾ ਤੇ ਇਸ ਤਰ੍ਹਾਂ ਕਰਕੇ ਗੱਲ ਇਹ ਹੈ ਜੀ ਮੈਨੂੰ ਨਾ ਜਦੋਂ ਸਰਕਾਰ ਇਹ ਗੱਲਾਂ ਲਾਉਂਦੀ ਆ ਵੀ ਇਸ ਜੌਬ ਲਈ ਇੰਨੇ ਪੈਸੇ ਹੋਣਗੇ ਪਰ ਜਦੋਂ ਇੱਥੇ ਜਿਹੜੇ ਇਮੀਗ੍ਰੈਂਟ ਜਾਂ ਸਿਟੀਜ਼ਨਸ਼ਿਪ ਸਿਟੀਜ਼ਨ ਜਿਹੜੇ ਇੱਥੋਂ ਦੇ ਹੈਗੇ ਆ ਉਹ ਤਾਂ ਉਹਨਾਂ ਪ੍ਰੋਫੈਸ਼ਨਸ ਲਈ ਜੀ ਬਹੁਤ ਲੋ ਵੇਜਸ ਤੇ ਲੋਕ ਕੰਮ ਕਰ ਰਹੇ ਨੇ ਉਹ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਇਨਫੋਰਮੇਸ਼ਨ ਪੂਰੀ ਨਹੀਂ ਹੈ ਲੈਟ ਮੀ ਜਸਟ ਗਿਵ ਵਨ ਐਗਜ਼ਾਮਪਲ ਜਿਸ ਤਰ੍ਹਾਂ ਆਟੋਮੋਟਿਵ ਮਕੈਨਿਕ ਦਾ ਮੈਂ ਐਗਜ਼ਾਮਪਲ ਲਿਆ ਅਗਰ ਮੈਂ ਆਟੋਮੋਟਿਵ ਮਕੈਨਿਕ ਹਾਂ ਠੀਕ ਹੈ ਤੇ ਮੇਰੇ ਕੋਲ ਜਰਨੀਮੈਨ ਹੈ ਰੈੱਡ ਸੀਲ ਹੈ ਮੇਰੇ ਕੋਲ ਸਾਰੀ ਜੋ ਇਨਫੋਰਮੇਸ਼ਨ ਸਾਰੀ ਜੋ ਰਿਕੁਆਇਰਮੈਂਟਸ ਹੈ ਪੂਰੀ ਮੈਂ ਕਰ ਰਿਹਾ ਆਮ ਅ ਕੈਨੇਡੀਅਨ ਸਿਟੀਜ਼ਨ ਅਗਰ ਮੈਂ ਜੋਬ ਅਪਲਾਈ ਕਰਦਾ ਕਿਸੇ ਵਰਕਸ਼ਾਪ ਤੇ ਉਹ ਮੈਨੂੰ ਕਹਿੰਦੇ ਹਾਂ ਠੀਕ ਹੈ ਵੀ ਆਰ ਗਿਵਿੰਗ ਯੂ ਜੋਬ ਤੇ ਅਗਰ ਉਹ ਮੈਨੂੰ $25 ਜਾਂ $26 ਦੇ ਰਹੇ ਹੈ ਇਟ ਇਜ਼ ਮਾਈ ਰਾਈਟ ਟੂ ਇਨਫੋਰਸ ਮਾਈ ਵੇਜਿਸ ਕਿ ਵੀ ਮੈਨੂੰ ਦਿਸ ਐਨ ਓ ਸੀ ਇਜ਼ ਮਿਨੀਮਮ $28 ਉਹ ਮੇਰੀ ਮਰਜ਼ੀ ਹੈ ਕਿ ਉਹ ਮੈਂ ਕੰਟਰੈਕਟ ਸਾਈਨ ਕਰਾਂਗਾ ਨਹੀਂ ਕਰਾਂਗਾ ਆਈ ਕੈਨ ਲੀਵ ਦਾ ਜੋਬ ਉਹ ਗੱਲ ਇੱਦਾਂ ਹੈ ਕਿ ਪੀਪਲ ਆਰ ਨੋਟ ਕੰਪਲੇਨਿੰਗ ਆਪਣੇ ਰਾਈਟਸ ਨੂੰ ਇਨਫੋਰਸ ਕਰਨ ਲਈ ਅੱਗੇ ਨਹੀਂ ਆ ਰਹੇ ਜਾਂ ਤਾਂ ਤੁਸੀਂ ਉਹ ਜੋਬ ਨਾ ਹੀ ਕਰੋ ਤੇ ਅਗਰ ਜੇ ਤੁਹਾਨੂੰ ਦੇ ਰਿਹਾ ਤਾਂ ਉਹ ਦੇ ਨਹੀਂ ਸਕਦਾ ਕਿਉਂਕਿ ਮਤਲਬ ਕਿ ਸਰਕਾਰ ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਪਾ ਸਕਦੀ ਕਿ ਤੁਸੀਂ ਇਹਨੂੰ ਬਈ $28 ਕਿਉਂ ਨਹੀਂ ਦੇ ਰਹੇ ਤੁਸੀਂ $26 ਕਿਉਂ ਦਿੱਤਾ ਸਰਕਾਰ ਤੁਹਾਡੇ ਤੇ ਪ੍ਰੈਸ਼ਰ ਨਹੀਂ ਪਾ ਸਕਦੀ ਤੁਸੀਂ ਨਾ ਜੋਬ ਕਰੋ ਨਹੀਂ ਪਰ ਜਦੋਂ ਹੁਣ ਇਹ ਬੰਦੇ ਬਾਹਰੋਂ ਸੱਦਣ ਵਾਲੀ ਗੱਲ ਜਦੋਂ ਆ ਜਾਂਦੀ ਵੀ ਕਿਸੇ ਬੰਦੇ ਨੂੰ ਜੋਬ ਉੱਥੇ ਸਰਕਾਰ ਕਿਉਂ ਉਹ ਅਮਾਉਂਟ ਕਹਿੰਦੀ ਜੀ ਇੰਨੇ ਦੀ ਜੋਬ ਹੋਏਗੀ ਉਹ ਇਸ ਕਰਕੇ ਕਿਉਂਕਿ ਜਿਹੜਾ ਵਰਕਰ ਆ ਰਿਹਾ ਨਾ ਵਰਕਰ ਜਿਹੜਾ ਨਵਾਂ ਵਰਕਰ ਆ ਰਿਹਾ ਉਹਨਾਂ ਨੂੰ ਮਿਨੀਮਮ ਇਹ ਅਕੋਰਡਿੰਗ ਟੂ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਮਿਨੀਮਮ ਇੰਨੇ ਵੇਜ ਅਗਰ ਜੇ ਨਹੀਂ ਮਿਲਦੇ ਸਰਕਾਰ ਦਾ ਸੋਚਣਾ ਹੈ ਕਿ ਵੀ ਉਹ ਗੁਜ਼ਾਰਾ ਨਹੀਂ ਕਰ ਸਕਦੇ ਤੇ ਮਿਨੀਮਮ ਮਤਲਬ ਕਿ ਇੰਪਲੋਇਰ ਜਿਹੜਾ ਬੰਦਾ ਇੱਥੇ ਆਇਆ ਜਿਹਨਾਂ ਲਈ ਇਹਨਾਂ ਨੇ ਮਿਨੀਮਮ ਵੇਜ ਰੱਖੇ ਇਹਦਾ ਮਤਲਬ ਵੀ ਉਹ ਬੰਦਾ ਗੁਜ਼ਾਰਾ ਕਰ ਸਕਦਾ ਇਟ ਇਜ਼ ਪੋਸਿਬਲ ਕਿ ਉਹ ਗੁਜ਼ਾਰਾ ਉਹਦੇ ਕੋਲ ਚੋਇਸਿਸ ਬਹੁਤ ਹੈ ਲੇਕਿਨ ਜੇ ਕਿ ਫੋਰਨ ਵਰਕਰ ਜਿਹੜਾ ਆ ਉਹਦੇ ਕੋਲ ਹੋਰ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਉਹ ਹੀ ਸਟਕ ਇਨ ਦਾ ਜੋਬ ਮਤਲਬ ਹੋਰ ਦੂਸਰੀ ਜੋਬ ਨਹੀਂ ਕਰ ਸਕਦਾ ਉਸ ਵਰਕ ਪਰਮਿਟ ਤੇ ਸੋ ਉਸ ਵਰਕ ਪਰਮਿਟ ਤੇ ਉਹ ਸਟਕ ਹੈ ਉਸ ਜੋਬ ਲੈਵਲ ਤੇ ਉਸ ਜੋਬ ਕੈਟਾਗਰੀ ਚ ਸਟਕ ਹੈ ਇਸ ਕਰਕੇ ਉਹਨਾਂ ਨੇ ਵੇਜਸ ਬਣਾਏ ਹੋਏ ਹੈ ਖੈਰ ਮੈਨੂੰ ਲੱਗਦਾ ਜੀ ਕਿਤੇ ਨਾ ਕਿਤੇ ਕੁਝ ਨਾ ਕੁਝ ਜਿਹੜਾ ਸਰਕਾਰ ਜਦੋਂ ਇਸ ਤਰ੍ਹਾਂ ਦੇ ਫੈਸਲੇ ਲੈਂਦੀ ਆ ਉਹਦੇ ਚ ਖੁਦ ਆਪਣੇ ਆਪ ਹੀ ਉਹਦੇ ਚ ਕਈ ਕੁਝ ਅੜਿੱਕੇ ਖੜੇ ਕਰਦੇ ਹਾਂ ਨਹੀਂ ਤੁਸੀਂ ਅਗਰ ਇਹ ਸੋਚਣਾ ਕਿ ਅਗਰ ਬਾਈ ਚਾਂਸ ਅਗਰ ਮਿਨੀਮਮ ਮੈਂਡੇਟਡ ਅਗਰ ਵੇਜਸ ਨਹੀਂ ਹੋਣਗੀ ਤੇ ਫਿਰ ਤੇ ਮਤਲਬ ਕਿ ਕੋਈ ਵੀ ਇੰਪਲੋਇਰ ਕੁਛ ਵੀ ਸੈਲਰੀ ਦੇ ਦੇ ਤੇ ਮਤਲਬ ਮੇਰੇ ਖਿਆਲ ਹੈ ਕਿ ਕੋਈ ਇੰਡੀਆ ਤੋਂ ਆਟੋਮੋਟਿਵ ਮਕੈਨਿਕ ਆ ਰਿਹਾ ਤੇ ਉਹ ਤਾਂ ਮੈਂ ਸ਼ਾਇਦ $10 ਵੀ ਕੰਮ ਕਰਨ ਨੂੰ ਤਿਆਰ ਹੋ ਜਾਏਗਾ ਫਿਰ ਤੇ ਹੈ ਕਿ ਨਹੀਂ ਨਹੀਂ ਦੇਖੋ ਮਤਲਬ ਜੇ ਕਿਸੇ ਨੂੰ ਮਤਲਬ ਉਸ ਪਾਰਟਿਕੂਲਰ ਸਕਿੱਲਸ ਦੀ ਲੋੜ ਹੈਗੀ ਆ ਜਿਵੇਂ ਹੁਣ ਤੁਸੀਂ ਦੱਸਿਆ ਵੀ LMO ਲੈਣ ਲਈ ਜਾਂ LMI ਲੋਕ ਮਤਲਬ ਉਹ ਸਾਰੀ ਗੱਲਬਾਤ ਕਹਿੰਦੇ ਆ ਜੇ ਉਹਨਾਂ ਨੂੰ ਜੋਬ ਉਹ ਉਹਨਾਂ ਨੂੰ ਚਾਹੀਦੀ ਹੋਵੇ ਬੰਦਾ ਚਾਹੀਦਾ ਹੋਵੇ ਤਾਂ ਦੇ ਕੈਨ ਡੂ ਇਟ ਪਰ ਜੇ ਮਤਲਬ ਹੁਣ ਇੱਥੇ ਬੰਦਾ ਤੁਹਾਨੂੰ ਚਾਹੀਦਾ ਤੁਹਾਨੂੰ ਲੱਗਦਾ ਵੀ ਇੱਥੇ ਜਿਹੜੇ ਇਮੀਗ੍ਰੈਂਟ ਹੈ ਜਾਂ ਦੂਜੇ ਉਹ ਤੁਹਾਨੂੰ ਥੋੜੇ ਪੈਸਿਆਂ 'ਚ ਮਿਲ ਸਕਦੇ ਆ ਰਾਈਟ ਤਾਂ ਫਿਰ ਤੁਸੀਂ ਉਹਨਾਂ ਤੇ ਤਾਂ ਕੋਈ ਪੈਸੇ ਦੀ ਮਤਲਬ ਨਹੀਂ ਹੈਗੀ ਲਿਮਿਟ ਵੀ ਤੁਸੀਂ ਇੰਨੇ ਦੇਣੇ ਆ ਉਹ ਤਾਂ ਮਿਨੀਮਮ ਹੈਗੇ ਜੀ ਇੰਨੇ ਦਿਓ ਤਾਂ ਠੀਕ ਆ ਕੰਮ ਕਰੀ ਚੱਲਣਗੇ ਪਰ ਵਾਈ ਦੇ ਆਰ ਪੁਟਿੰਗ ਦਿਸ ਥਿੰਗ ਕਿਉਂਕਿ ਫੋਰਨ ਵਰਕਰਸ ਦਾ ਜਿਹੜਾ ਇੱਕ ਫੋਰਨ ਵਰਕਰਸ ਦਾ ਸਟੇਟਸ ਹੈ ਨਾ ਦੇ ਆਰ ਅਨਪ੍ਰੋਟੈਕਟਿਡ ਉਹਨਾਂ ਨੂੰ ਇਸ ਚੀਜ਼ ਦਾ ਕੋਈ ਕਿਉਂਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਸਕਦਾ ਬਹੁਤ ਈਜ਼ੀਲੀ ਜਿਹੜੇ ਕੈਨੇਡੀਅਨ ਸਿਟੀਜ਼ਨ ਨੂੰ ਜਿਹੜਾ ਇੱਥੇ ਪੱਕਾ ਰਹਿਣਾ ਉਹਨਾਂ ਨੂੰ ਐਕਸਪਲੋਇਟੇਸ਼ਨ ਕਰਨਾ ਕੀਤਾ ਤਾਂ ਉਹਨਾਂ ਵੀ ਜਾ ਸਕਦਾ ਲੇਕਿਨ ਇਟਸ ਨਾਟ ਦੈਟ ਈਜ਼ੀ ਸੋ ਉਹਨਾਂ ਦੀ ਕੋਈ ਬੰਦਿਸ਼ ਨਹੀਂ ਹੈ ਕਿਉਂਕਿ ਅਗਰ ਉਹ ਜੋਬ ਛੱਡਣਗੇ ਫੋਰਨ ਵਰਕਰ ਅਗਰ ਜੋਬ ਛੱਡਦੇ ਦੈਨ ਦੈਟਸ ਦ ਫਿਊਚਰ ਇਜ਼ ਓਵਰ ਫੋਰ ਦੈਮ ਦੇ ਹੈਵ ਟੂ ਲੀਵ ਦ ਕੰਟਰੀ ਕੈਨੇਡੀਅਨ ਸਿਟੀਜ਼ਨ ਜੋਬ ਅਗਰ ਛੱਡੇਗਾ ਨਹੀਂ ਕਰਦਾ ਤੇ ਦੇ ਕੈਨ ਡੂ ਸਮਥਿੰਗ ਐਲਸ ਦੇ ਕੈਨ ਈਵਨ ਡੂ ਪਾਰਟ ਟਾਈਮ ਜੋਬ ਸਮਥਿੰਗ ਐਲਸ ਫੋਰਨ ਵਰਕਰ ਉਸ ਵਰਕ ਪਰਮਿਟ ਜਿਹੜਾ ਇੰਪਲੋਇਰ ਲਿਖਿਆ ਉਹਦੇ ਇਲਾਵਾ ਹੋਰ ਕੁਝ ਕਰ ਨਹੀਂ ਸਕਦਾ ਦੈਟਸ ਵਨ ਆਫ ਦ ਰੀਜ਼ਨਸ ਗਵਰਨਮੈਂਟ ਇਜ਼ ਇਨਫੋਰਸਿੰਗ ਪਰ ਜਿਹੜਾ ਆਮ ਬੰਦਾ ਇੱਥੋਂ ਵਾਲਾ ਹੈਗਾ ਉਹਦੇ ਲਈ ਕੋਈ ਨਹੀਂ ਹੈ ਇਦਾਂ ਦੀ ਗੱਲ ਨਹੀਂ ਆਮ ਬੰਦਾ ਮਤਲਬ ਇਸ ਤਰ੍ਹਾਂ ਦੇਖੋ ਮਿਨੀਮਮ ਵੇਜਸ ਤੇ ਜੋ ਹੈ ਮਿਨੀਮਮ ਵੇਜ ਤੋਂ ਘੱਟ ਤੇ ਕੋਈ ਜਾ ਹੀ ਨਹੀਂ ਸਕਦਾ
ਫੋਰਨ ਵਰਕਰ ਤੇ ਮਜਬੂਰੀ ਕਰਕੇ ਆ ਰਿਹਾ, ਵਟ ਐਵਰ ਰੀਜ਼ਨ ਉਹਦਾ ਕੋਈ ਹੈ, ਉਹ ਤਾਂ ਮਜਬੂਰੀ ਕਰਕੇ ਆਇਆ ਹੈ, ਨੀ ਸਟਕ ਇਨ ਟੂ ਦੈਟ, ਸੋ ਦੈਟਸ ਦੈਟਸ ਪ੍ਰੋਬਲਮ। ਆਈ ਹੋਪ ਕਿ ਦੇ ਵਿਲ ਚੇਂਜ, ਬਟ ਆਈ ਡੋਨਟ ਥਿੰਕ ਇਫ ਦੇ ਵਿਲ ਚੇਂਜ ਐਟ ਆਲ। ਇਸ ਜਿਹੜਾ ਮਿਨੀਮਮ ਵੇਜਿਸ ਹੈ ਹਰ ਇੱਕ ਕੈਟੇਗਰੀ ਉਹਨਾਂ ਨੇ ਬੰਦ, ਹੁਣ ਜਿਸ ਤਰ੍ਹਾਂ ਡਾਕਟਰ ਹੈ, ਹੁਣ ਤਾਂ ਫਿਰ ਤਾਂ ਗੱਲ ਤਾਂ ਇਸ ਤਰ੍ਹਾਂ ਆ ਗਈ ਡਾਕਟਰ ਕੇ ਕੁਲਵੀਰ ਸਿੰਘ, ਕਿ ਡਾਕਟਰ ਦੀ ਤਨਖਾਹ ਹੈ, ਡਾਕਟਰ ਦੀ ਤਨਖਾਹ ਨੋਰਮਲੀ ਡਾਕਟਰ ਜਿਹੜੇ ਜਨਰਲੀ ਫੈਮਿਲੀ ਫਿਜ਼ੀਸ਼ੀਅਨ ਹੈ ਉਹਨਾਂ ਦੀ ਤਨਖਾਹ ਕਰੀਬ ਕਰੀਬ 20-25,000 ਡਾਲਰ ਹੈ ਮਹੀਨੇ ਦੀ। ਮੰਨਦੇ ਹੋ ਇਸ ਚੀਜ਼ ਨੂੰ, ਡਾਕਟਰ ਦੀ ਤਨਖਾਹ? ਅਤੇ ਤੁਸੀਂ ਤਾਂ ਫਿਰ ਇਹ ਕਹੋਗੇ, ਸਪੋਜ਼ ਕੋਈ ਅਗਰ PR ਹੋ ਕਰ ਆਏ, ਡਾਕਟਰ ਆਏ, ਸਪੋਜ਼ ਕੋਈ PR ਆਪਣੇ ਬੇਸ ਤੇ MBBS ਡਾਕਟਰ ਆ ਜਾਏ, ਉਹਦੇ ਕੋਲ ਡਾਕਟਰ ਦਾ ਐਕਸਪੀਰੀਅੰਸ ਹੈ, ਇੱਥੇ ਆ ਕੇ ਉਹ ਲਾਇਸੈਂਸ ਵੀ ਲੈ ਗਿਆ, ਅਤੇ ਅਗਰ ਜੇ ਬਾਈ ਚਾਂਸ ਉਹਦਾ ਐਕਸਪੀਰੀਅੰਸ ਨਹੀਂ ਹੈ ਕੈਨੇਡਾ ਦਾ, ਜਾਂ ਨੌਲੇਜ ਉਸ ਲੈਵਲ ਦੀ ਨਹੀਂ ਹੈ, ਅਤੇ ਫਿਰ ਤਾਂ ਕੋਈ ਵੀ ਕਲੀਨਿਕ ਉਹਨੂੰ ਕਹਿ ਦੇ ਕਿ ਬਈ ਛੱਡੋ 25,000 ਤਾਂ ਅਸੀਂ ਤੁਹਾਨੂੰ ਤਾਂ 10,000 'ਚ ਰੱਖਾਂਗੇ, ਪਹਿਲਾਂ ਤਾਂ ਕਰਨਾ ਕਰੋ, ਨਹੀਂ ਕਰਨਾ ਨਾ ਕਰੋ, ਇਹ ਵੀ ਹੋ ਸਕਦਾ ਫਿਰ ਤਾਂ। ਬਹੁਤ ਮਿਹਨਤ ਮੁਸ਼ਕਤ ਮਜ਼ਦੂਰੀ ਵੀ ਕਰਨੀ ਪੈ ਸਕਦੀ ਹੈ, ਰਾਈਟ? ਇਹ ਨੀ ਵੀ ਤੁਹਾਨੂੰ ਜਾਂਦਿਆਂ ਨੂੰ ਉੱਥੇ 1,00,000 ਡਾਲਰ ਦੀ ਜਿਹੜੀ ਹੈਗੀ ਹੈ ਤੁਹਾਡੀ ਸਾਲ ਦੀ ਸੈਲਰੀ ਹੋ ਜਾਏਗਾ, ਜਾਂ 1,50,000 ਦੀ, ਜਾਂ 2,00,000 ਦੀ, ਵਟਐਵਰ ਜੋ ਹੋ ਜਾਏਗਾ। ਇਟ ਟੇਕਸ ਟਾਈਮ, ਦੈਟਸ ਰਾਈਟ, ਦੈਟਸ ਰਾਈਟ। ਮੇਰਾ ਸਿਰਫ ਕਹਿਣ ਦਾ ਇਹ, ਮੈਂ ਤਾਂ ਜੀ ਇਹ ਕਹਿ ਰਿਹਾ ਸੀਗਾ ਵੀ ਜਿਹੜਾ ਇੰਪਲੋਇਰਸ ਦੇ ਉੱਤੇ ਫਿਰ ਉਹ ਗੱਲ ਨੂੰ ਬੰਨਦੇ ਨਾ ਵੀ ਤੁਸੀਂ ਇੰਨਾ ਮਿਨੀਮਮ ਦੇਣਾ ਹੀ ਆ, ਮੇਰਾ ਖਿਆਲ ਜੀ ਫਿਰ ਉਸ ਕੈਟਾਗਰੀ ਦੇ ਵਿੱਚ ਤਾਂ ਇੰਪਲੋਇਰ ਕਹੇਗਾ ਵੀ ਮੈਂ ਠੀਕ ਆ, ਇੱਥੋਂ ਹੀ ਉਹ ਜਿਹੜੇ ਹੈਗੇ ਆ ਘੱਟ ਪੈਸਿਆਂ ਦਾ ਮਤਲਬ ਜਿਹੜਾ ਉਹ ਹੀ ਰੱਖੋ। ਦੇਖੋ ਐਜ਼ ਅ ਰਿਜ਼ਲਟ ਹੁੰਦਾ ਕੀ, ਐਕਚੁਅਲੀ ਲਿਟਰਲੀ ਥਿਓਰੀਟੀਕਲ ਕੁਛ ਹੋ ਰਿਹਾ, ਪ੍ਰੈਕਟੀਕਲੀ ਕਈ ਸਟੂਡੈਂਟਾਂ ਨਾਲ ਆਪਾਂ ਗੱਲ ਕਰਦੇ ਹਾਂ, ਸਟੂਡੈਂਟ ਜਿਹੜੇ ਹੈ ਲਿਖਿਆ ਜ਼ਰੂਰ ਹੈ ਕਿ 20 hours ਅ ਵੀਕ ਕੰਮ ਕਰੋ, ਲੇਕਿਨ ਉਹ ਇਲੀਗਲੀ ਕੰਮ ਕਰੀ ਜਾ ਰਹੇ ਨੇ ਕੈਸ਼ ਤੇ। ਤੁਸੀਂ ਉਹ ਖਬਰ ਸੁਣੀ ਸੀ ਨਾ ਮੇਰੇ ਪਿਛਲੇ 2-3 ਹਫ਼ਤੇ ਪਹਿਲਾਂ, ਇੱਕੋ ਸਟੂਡੈਂਟ ਉੱਥੇ ਜੀ ਟਰੱਕ ਚਲਾਉਂਦੇ ਹੋਏ ਫੜੇ ਗਏ ਜੀ ਉੱਥੇ ਟੋਰਾਂਟੋ, ਅਤੇ ਹੁਣ ਦੱਸੋ ਕਿ ਸਟੂਡੈਂਟ ਵੀ ਹੁਣ ਟਰੱਕ ਚਲਾ ਰਹੇ ਹੈ, ਅਤੇ ਮਤਲਬ ਇੰਨੇ ਘੱਟ ਉਹਨਾਂ ਨੂੰ ਆਵਰਸ ਹੈ, ਅਤੇ ਦੇ ਹੈਵ ਨੋ ਅਦਰ ਆਪਸ਼ਨ ਫੋਰ ਟਰੱਕ, ਬਟ ਇਟਸ ਸਟਰੋਂਗ, ਮਤਲਬ ਇਲੀਗਲ ਹੈ ਕਿ ਵਾਇਲੇਟ ਕਰਨਾ, ਬਟ ਐਨੀਵੇ ਥਿੰਗਸ ਹੈਪਨਿੰਗ। ਗੁਰਪ੍ਰੀਤ ਖਹਿਰਾ ਕੋਈ ਸਵਾਲ ਪੁੱਛ ਰਹੇ, ਕਾਫੀ ਸਵਾਲ ਪੁੱਛ ਰਹੇ। ਗੁਰਖਹਿਰਾ ਜੀ ਤੁਸੀਂ ਕਾਲ ਕਰਕੇ ਸਵਾਲ ਪੁੱਛੋ, ਸਵਾਲ ਤੁਹਾਡੇ ਬਹੁਤ ਲੰਬੇ ਹੈ, ਅਤੇ ਆਈ ਕੈ ਨਾਟ ਰਿਸਪੋਂਡ ਲਾਈਕ ਦਿਸ। ਨੰਬਰ ਦਿੱਤਾ ਹੋਇਆ ਸਕਰੀਨ ਤੇ 7806521295, ਉਸ ਨੰਬਰ ਤੇ ਕਾਲ ਕਰਕੇ ਨਾ ਜੋ ਵੀ ਸਵਾਲ ਪੁੱਛਣਾ ਹੈ ਤੇ ਪੁੱਛ ਸਕਦੇ ਹੋ। ਕਾਫੀ ਹੋਰ ਲੋਕ ਵੀ ਜੁੜੇ ਹੋਏ ਹੈ, ਤੇ ਰਾਣਾ ਅਲਤਾਫ ਮੈਨੂੰ ਹੈਲੋ ਕਹਿ ਰਹੇ ਹੈ। ਦੋਸਤੋ ਕੋਈ ਵੀ ਅਗਰ ਸਵਾਲ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਜਵਾਬ ਦੇਣ ਦਾ, ਲੇਕਿਨ ਪਲੀਜ਼ ਕਾਲ ਔਨ ਦਾ ਰੇਡੀਓ 7806521295। ਸੋ ਇੱਥੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਇਟਸ ਆਲਰੇਡੀ 8:00 to 8:30, ਇਹ ਪ੍ਰੋਗਰਾਮ 9 ਵਜੇ ਤੱਕ ਚੱਲਣਾ ਹੈ। ਮੈਂ ਸਿਰਫ ਆਇਆ ਸਵਾਲਾਂ ਦਾ ਜਵਾਬ ਦੇਣ ਲਈ, ਅਗਰ ਸਵਾਲ ਨਹੀਂ ਹੈ ਤੇ ਫਿਰ ਮੇਰੇ ਕੋਲ ਕੁਛ ਹੈ ਨਹੀਂ। ਹਾਂਜੀ ਦੋਸਤੋ, ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰੋ। 780-435